ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੁ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਅਕਾਲ ਚੈਨਲ ਦੇ ਸਰੋਤਿਓ, ਅਸੀਂ ਆਪ ਜੀ ਦੇ ਸਨਮੁਖ ਹਾਜ਼ਰ ਹੋਏ ਹਾਂ ਪ੍ਰੋਗਰਾਮ ਲੈ ਕੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੋ ਆਏ ਹਨ ਗੁਰਮੁਖ ਪਿਆਰੇ ਭਾਈ ਕਸ਼ਮੀਰ ਸਿੰਘ ਜੀ ਕੈਨੇਡਾ ਤੋਂ, ਜੋ ਸਰੀ ਰਹਿ ਰਹੇ ਨੇ। ਸੋ ਉਹਨਾਂ ਤੋਂ ਇਸ ਬਾਰੇ ਜਾਣਕਾਰੀ ਲਵਾਂਗੇ ਕਿ ਸਿੱਖ ਵਾਸਤੇ ਕਿੰਨਾ ਜ਼ਰੂਰੀ ਹੈ ਕਿ ਆਪਣੇ ਧਰਮ ਵਿੱਚ ਪ੍ਰਪੱਕ ਹੋਣਾ, ਨਿਤਨੇਮ ਬਾਰੇ, ਹੋਰ ਨਾਮ ਸਿਮਰਨ ਬਾਰੇ ਆਪਾਂ ਗੱਲ ਕਰਾਂਗੇ। ਆਓ, ਆਪ ਜੀ ਤੋਂ ਅਸੀਸ ਮੰਗਦੇ ਹੋਏ ਤੇ ਭਾਈ ਸਾਹਿਬ ਨੂੰ ਜੀ ਆਇਆ ਕਹਿੰਦਿਆਂ ਹੋਇਆ, ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ, ਸਿੱਖ ਜਦੋਂ ਵੀ ਮਿਲਦਾ ਤੇ ਪਹਿਲਾਂ ਆਪਣੇ ਗੁਰੂ ਨੂੰ ਚੇਤੇ ਕਰਦਾ। ਆਓ ਪਿਆਰ ਨਾਲ ਸੋ ਫਤਿਹ ਬੁਲਾਈਏ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅਕਾਲ ਚਰਨ ਦੇ ਸਰੋਤਿਓ, ਆਪ ਜੀ ਜਾਣਦੇ ਹੋ ਤੇ ਭਾਈ ਸਾਹਿਬ ਜੀ ਤੁਹਾਨੂੰ ਵੀ ਅਸੀਂ ਦੱਸਣਾ ਚਾਹੁੰਦੇ ਹਾਂ, ਤਕਰੀਬਨ 1 ਸਤੰਬਰ 2013 ਤੋਂ ਇਹ ਅਕਾਲ ਚੈਨਲ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ, ਜਿਸ ਦੀ ਆਰੰਭਤਾ ਸ਼ੁਰੂਆਤ ਹੋਈ ਤੇ 18-19 ਮਹੀਨਿਆਂ ਵਿੱਚ ਬੜੀ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਿੱਥੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਵੱਡੀਆਂ ਵੱਡੀਆਂ ਪਲਾਂਘਾਂ ਮਹਾਰਾਜ ਨੇ ਆਪ ਪਟਾਈਆਂ, ਜਿੱਥੇ ਹੋਰ ਪ੍ਰੋਗਰਾਮ ਚਲਾਏ ਗਏ ਉਹਦੇ ਨਾਲ ਇਹ ਪ੍ਰੋਗਰਾਮ ਚਲਾਇਆ ਗਿਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਤੇ ਇਸ ਪ੍ਰੋਗਰਾਮ ਦਾ ਕੀ ਸਾਨੂੰ ਪ੍ਰਾਪਤ ਹੋਇਆ, ਥੋੜੇ ਸਮੇਂ ਵਿੱਚ ਇਹ ਪ੍ਰੋਗਰਾਮ ਇੱਕ ਅਕਾਲ ਅੰਮ੍ਰਿਤ ਸੰਚਾਰ ਲਹਿਰ ਬਣ ਕੇ ਜਿੱਥੇ UK ਯੂਰਪ ਦੀ ਧਰਤੀ ਤੇ ਬੇਅੰਤ ਅੰਮ੍ਰਿਤ ਸੰਚਾਰ ਗੁਰੂ ਘਰਾਂ ਵਿੱਚ ਕੀਤੇ ਗਏ। ਤਕਰੀਬਨ 300 ਦੇ ਕਰੀਬ ਪ੍ਰਾਣੀ ਗੁਰੂ ਕੇ ਝਾਜੇ ਚੜ੍ਹੇ ਉੱਥੇ। ਇਹ ਪੰਜਾਬ ਦੇ ਵਿੱਚ ਜਿਹੜੀ 6 ਮਹੀਨੇ ਤਕਰੀਬਨ ਲਹਿਰ ਉੱਥੇ ਜਾ ਕੇ ਵੀ ਚਲਾਈ ਗਈ, 9 ਅੰਮ੍ਰਿਤ ਸੰਚਾਰ ਕੀਤੇ ਗਏ, 826 ਪ੍ਰਾਣੀ ਗੁਰੂ ਕੇ ਝਾਜੇ ਪੰਜਾਬ ਦੀ ਧਰਤੀ ਤੇ ਚੜ੍ਹੇ, 300 ਇੱਥੇ, ਤਕਰੀਬਨ 1,125 ਪ੍ਰਾਣੀ, 1,126 ਅਕਾਲ ਚੈਨਲ ਤੋਂ ਅੱਜ ਮੀਡੀਆ ਦਾ ਯੁੱਗ ਹੁਣ ਕੇ ਪ੍ਰਚਾਰ ਕਰਕੇ ਤੇ ਗੁਰੂ ਕੇ ਜਾਜੇ ਪ੍ਰਾਣੀ ਜੋ ਚੜ੍ਹੇ ਹਨ, ਜੋ ਇਹ ਪ੍ਰੋਗਰਾਮ ਚਲਾਇਆ ਗਿਆ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਆਪ ਜੀ ਨੂੰ ਜੀ ਆਇਆਂ ਕਹਿੰਦੇ ਹੋਏ ਭਾਈ ਕਸ਼ਮੀਰ ਸਿੰਘ ਜੀ, ਸੋ ਆਪ ਜੀ ਕੀ ਕਹਿਣਾ ਚਾਹੋਗੇ? ਹਾਂਜੀ, ਪਹਿਲਾਂ ਤਾਂ ਅਕਾਲ ਚੈਨਲ ਦੇਖ ਰਹੇ ਸਮੂਹ ਸਰੋਤਿਆਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਾ ਸਿੱਖ ਉਸ ਵੇਲੇ ਬਹੁਤ ਵੱਡਭਾਗਾ ਬਣਦਾ ਜਦੋਂ ਉਹਨੂੰ ਸਤਿਗੁਰੂ ਜੀ ਦੀ ਗੁਰਬਾਣੀ ਸੁਣਨ ਨੂੰ, ਵਿਚਾਰਨ ਨੂੰ, ਜਾਂ ਗੁਰਮਤਿ ਦੀ ਗੱਲ ਸੁਣਨ ਨੂੰ, ਵਿਚਾਰਨ ਨੂੰ ਮਿਲਦੀ ਆ। ਸੋ ਮੈਂ ਵੱਡੇ ਭਾਗਾਂ ਵਾਲਾ ਆਪਣੇ ਆਪ ਨੂੰ ਸਮਝਦਾ ਕਿ ਅਕਾਲ ਚੈਨਲ ਦੇ ਰਾਹੀਂ ਭਾਈ ਸਾਹਿਬ ਵਰਗੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਇਸ ਦਾਸ ਨੂੰ ਮੌਕਾ ਦਿੱਤਾ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਜ ਪਾਉਣ ਦੇ ਵਿੱਚ, ਅੰਮ੍ਰਿਤ ਸੋ ਅੰਮ੍ਰਿਤ ਗੁਰ ਤੇ ਪਾਇਆ ਇਸ ਵਿਸ਼ੇ 'ਤੇ ਗੁਰਬਾਣੀ ਦੀ ਵਿਚਾਰ ਕਰਨ ਨੂੰ ਮੌਕਾ ਦਿੱਤਾ। ਮੈਂ ਗੁਰੂ ਸਾਹਿਬ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ, ਜਿਨ੍ਹਾਂ ਦਾ ਸਦਕਾ ਅਸੀਂ ਇਹ ਵਿਸ਼ੇ 'ਤੇ ਗੱਲ ਕਰ ਰਹੇ ਹਾਂ। ਗੁਰੂ ਪਾਤਸ਼ਾਹ ਦੀ ਕਿਰਪਾ ਮੰਗਦੇ ਹਾਂ, ਅਰਦਾਸ ਕਰਦੇ ਗੁਰੂ ਪਾਤਸ਼ਾਹ ਆਪ ਅੰਦਰ ਵੱਸ ਕੇ ਆਪਣੀ ਗੁਰਮਤਿ ਦੀ ਗੱਲ ਜਿੱਥੇ ਸਾਨੂੰ ਸਮਝਾਉਣੀ, ਪਹਿਲਾਂ ਅਸੀਂ ਸਾਨੂੰ ਸਮਝਾ ਕੇ ਸਾਡੇ ਰਾਹੀਂ ਸਾਡਾ ਸਰੀਰ ਵਰਤ ਕੇ ਜਿੱਥੇ ਜਿੱਥੇ ਵੀ ਸੰਗਤਾਂ ਇਸ ਚੈਨਲ 'ਤੇ ਸੁਣਦੀਆਂ ਜਾਂ ਦੇਖਦੀਆਂ, ਉਹਨਾਂ ਦੇ ਹਿਰਦਿਆਂ ਦੇ ਵਿੱਚ ਇਹ ਗੱਲ ਜਾਵੇ, ਉਹਨਾਂ ਦੇ ਹਿਰਦਿਆਂ ਦੇ ਵਿੱਚ ਗੱਲ ਵਸੇ। ਕਿਉਂਕਿ ਜੀਵਨ ਦੀ ਜੋ ਅਸੀਂ ਜੋ ਆਪਣੇ ਜੀਵਨ ਨੂੰ ਜਿੱਦਾਂ ਸਮਝਦੇ, ਜਿਹੜੇ ਤਰੀਕੇ ਦੇ ਨਾਲ ਸਤਿਗੁਰੂ ਜੀ ਇੱਕ ਆਪਣੇ ਤਰੀਕੇ ਦੇ ਨਾਲ ਇਸ ਜੀਵਨ ਨੂੰ ਇਕੱਲਾ ਬਤੀਤ ਕਰਨ ਦੇ ਲਈ ਸਫਲਤਾ ਨਹੀਂ ਸਮਝਦੇ। ਸਤਿਗੁਰੂ ਜੀ ਇਸ ਜੀਵਨ ਦੀ ਸਫਲਤਾ ਉਸ ਸਾਡੇ ਪਿਤਾ ਜਿਹਨੇ ਸਾਨੂੰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਕਰਤਾ ਪੁਰਖ ਆ ਜਿਹੜਾ, ਉਹਦੇ ਨਾਲ ਮਿਲਾਪ ਨੂੰ ਗੁਰੂ ਪਾਤਸ਼ਾਹ ਸਾਡੇ ਜੀਵਨ ਦੀ ਸਫਲਤਾ ਸਮਝਦੇ ਆ।
ਉਹਦਾ ਮਿਲਾਪ ਜਿਹੜਾ ਆ ਉਹ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ, ਸਤਿਗੁਰੂ ਦੇ ਦੱਸੇ ਰਸਤੇ ਤੇ ਚੱਲਣ ਤੋਂ ਬਿਨਾਂ ਇਹ ਜਿਹੜੀ ਸਫਲਤਾ ਹੈ ਪ੍ਰਾਪਤ ਨਹੀਂ ਹੁੰਦੀ। ਕਿਵੇਂ ਰਸਤੇ ਤੇ ਚੱਲਣਾ ਜੀ, ਸੰਗਤਾਂ ਨੂੰ ਦੱਸੋ। ਹਾਂਜੀ, ਪਹਿਲਾਂ ਆਪਾਂ ਚੱਲਿਆ ਜਾਵੇ। ਥੈਂਕ ਯੂ ਜੀ, ਬਹੁਤ ਵਧੀਆ ਕੁਐਸਚਨ ਆ। ਸਤਿਗੁਰੂ ਜੀ ਨੇ ਸਾਰਿਆਂ ਤੋਂ ਪਹਿਲਾਂ ਸਾਡੇ ਮੂਲ ਦੀ ਸਾਨੂੰ ਸੋਝੀ ਬਖਸ਼ੀ ਆ, ਅਸੀਂ ਕਿੱਥੋਂ ਪੈਦਾ ਹੋਏ ਹਾਂ। ਇੱਕ ਜਿਹੜਾ ਲਫ਼ਜ਼ ਪਾਇਆ ਉਹ ਓਂਕਾਰ ਤੋਂ ਪਹਿਲਾਂ ਇੱਕ, ਅਸੀਂ ਸਾਰੀ ਸ੍ਰਿਸ਼ਟੀ ਇੱਕ ਦੇ ਵਿੱਚੋਂ ਪੈਦਾ ਹੋਈ ਆ। ਜੇ ਉਹਨੂੰ ਆਪਾਂ ਗੁਰਬਾਣੀ ਦੇ ਰਾਹੀਂ ਬਰੀਫ ਤਰੀਕੇ ਦੇ ਨਾਲ ਵੀ ਸਮਝੀਏ, ਸਾਨੂੰ ਗੁਰਬਾਣੀ ਵਿੱਚੋਂ ਉਹ ਇੱਕ ਦੀ ਸੋਝੀ ਮਿਲਦੀ ਆ। ਸਤਿਗੁਰੂ ਜੀ ਕਹਿੰਦੇ ਆ ਕਿ ਜਦੋਂ ਇਸ ਸ੍ਰਿਸ਼ਟੀ ਦੇ ਵਿੱਚ ਜੋ ਦਸਤਾ ਕੁਛ ਵੀ ਨਹੀਂ ਸੀ, ਉਹ ਇੱਕ ਜਿਹੜਾ ਮਾਲਕ ਆ, ਕਰਤਾ ਪੁਰਖ ਆ, ਉਹ ਉਦੋਂ ਵੀ ਸੀਗਾ। ਉਹਨੂੰ ਭਗਤ ਕਬੀਰ ਜੀ ਨੇ ਆਪਣੇ ਸ਼ਬਦ ਰਾਹੀਂ ਇੱਦਾਂ ਵੀ ਬਿਆਨ ਕੀਤਾ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੋ ਮੰਦੇ। ਸੋ ਏਕ ਨੂਰ ਤੇ ਸਭ ਜੱਗ ਉਪਜਿਆ, ਵਾਹਿਗੁਰੂ ਸਾਡਾ ਪਿਤਾ ਜਿਹੜਾ ਹੈ ਉਹ ਨੂਰ ਹੈ, ਉਹ ਪ੍ਰਕਾਸ਼ ਹੈ, ਉਹ ਪਰਮਾਤਮਾ ਹੈ, ਉਹ ਆਤਮਾ ਸਭ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ। ਉਹਦੀ ਹਸਤੀ ਹਰ ਇੱਕ ਜਗ੍ਹਾ 'ਤੇ, ਹਰ ਇੱਕ ਜੀਵ ਦੇ ਅੰਦਰ, ਹਰ ਇੱਕ ਸਰੀਰ, ਉਹਦੀ ਸ਼ਕਤੀ ਦਾ ਸਦਕਾ, ਉਹਦੀ ਤਾਕਤ ਦਾ ਸਦਕਾ, ਉਸ ਪ੍ਰਕਾਸ਼ ਦਾ ਸਦਕਾ ਹੀ ਘੱਟ ਘੱਟ ਮੇਂ ਹਰ ਜੀਵ ਬਸੇ, ਸੰਤਨ ਕਿਹੋ ਪੁਕਾਰ। ਸੋ ਉਹਦੀ ਹੋਂਦ ਨੂੰ ਸਤਿਗੁਰੂ ਜੀ ਕਹਿ ਰਹੇ ਆ, ਸਾਨੂੰ ਨਹੀਂ ਸਮਝ, ਅਸੀਂ ਆਪਣੇ ਆਪ ਨੂੰ ਹੋਰ ਤਰੀਕੇ ਦੇ ਨਾਲ ਸਮਝਦੇ ਹਾਂ ਕਿ ਮੈਂ ਆਪਣੇ ਮਾਤਾ ਪਿਤਾ ਦੇ ਸੰਯੋਗ ਤੋਂ ਹੀ ਬਣਿਆ, ਅਸੀਂ ਉੱਥੋਂ ਲਾ ਕੇ ਆਪਣੇ ਜੀਵਨ ਨੂੰ ਸਮਝਦੇ ਹਾਂ। ਪਰ ਸਤਿਗੁਰੂ ਜੀ ਕਹਿੰਦੇ ਆ ਕਿ ਨਹੀਂ ਭਾਈ, ਤੂੰ ਆਪਣੇ ਆਪ ਨੂੰ ਹੋਰ ਤਰੀਕੇ ਨਾਲ ਸਮਝ, ਥੋੜ੍ਹੀ ਲੰਮੀ ਡੂੰਘੀ ਸੋਚ ਲੈ, ਤੂੰ ਪਹਿਲਾਂ ਵੀ ਸੀਗਾ, ਆਹ ਸਰੀਰ 'ਚ ਆਉਣ ਤੋਂ ਤੂੰ ਪਹਿਲਾਂ ਵੀ ਸੀਗਾ। ਕਿੱਦਾਂ ਸੀਗਾ? ਗੁਰੂ ਪਾਤਸ਼ਾਹ ਨੇ ਆਪਾਂ ਨੂੰ ਦੱਸਿਆ ਕਿ ਉਸ ਅਕਾਲ ਪੁਰਖ ਨੇ ਆਪਣੇ ਵਿੱਚੋਂ ਨਾਨਕ ਜੀਓ ਉਪਾਇ ਕੇ ਲਿਖਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜੱਜ ਮਾਲਿਆ। ਸਾਨੂੰ ਜੀਵਾਂ ਨੂੰ ਵਾਹਿਗੁਰੂ ਨੇ ਆਪਣੇ ਵਿੱਚੋਂ ਪੈਦਾ ਕੀਤਾ, ਸਾਨੂੰ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਜੀਵਾਂ ਦੇ ਰਾਹੀਂ ਇੱਕ ਖੇਡ ਬਣਾਇਆ। ਉਸ ਖੇਡ ਦੇ ਵਿੱਚ ਦੂਜਾ ਪੱਖ ਜਿਹੜਾ ਵਾਹਿਗੁਰੂ ਨੇ ਬਣਾਇਆ ਉਹ ਹੈ, ਜਿੱਥੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਦੂਜੇ ਪਾਸੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਉੱਥੇ ਸਾਡਾ ਜਿਹੜਾ ਆ ਇਹ ਸਰੀਰ ਆ, ਇਹਨੂੰ ਜੇ ਗੁਰਮਤ ਦੇ ਰਾਹੀਂ ਦੇਖੀਏ, ਇਹ ਸਰੀਰ ਇੱਕ ਮਿੱਟੀ ਜਾਂ ਪੰਜਾਂ ਤੱਤਾਂ ਦੇ ਰਾਹੀਂ ਬਣਿਆ, ਕਿਉਂਕਿ ਜੇ ਇਹਨੂੰ ਗੁਰਮਤ ਦੀ ਨਜ਼ਰਾਨੇ ਥੱਲੇ ਦੇਖੀਏ, ਸਰੀਰ ਦੀ ਖੁਰਾਕ ਜਿਹੜੀ ਆ, ਇਹ ਤੋਂ ਬਿਨਾਂ ਸਰੀਰ ਬਚਦਾ ਨਹੀਂ, ਖੁਰਾਕ ਸਾਰੀ ਮਿੱਟੀ 'ਚੋਂ ਪੈਦਾ ਹੁੰਦੀ ਆ। ਜਿੰਨੇ ਵੀ ਆਪਾਂ ਜੋ ਕੁਛ ਅਸੀਂ ਖਾਂਦੇ ਹਾਂ ਉਹ ਸਾਡੇ ਸਰੀਰ ਦੇ ਵਿੱਚ ਜੋਤ ਆ ਜਿਹੜੀ, ਉਹਦੇ ਰਾਹੀਂ ਉਹ ਚੀਜ਼ ਦੇ ਵਿੱਚੋਂ ਤੱਤ ਨਿਕਲਦੇ ਆ। ਉਹ ਤੱਤਾਂ ਦੇ ਨਾਲ ਸਾਡਾ ਜੋ ਕੁਛ ਵੀ ਸਰੀਰ ਦਾ ਬਣਤਰ ਬਣਦੀ ਆ, ਸਾਡੀ ਜਿਹੜੀ ਸਰੀਰ ਦੇ ਅੰਦਰ ਖੁਰਾਕ ਹਾਜ਼ਮ ਹੁੰਦੀ ਆ, ਸਾਡੀਆਂ ਹੱਡੀਆਂ ਬਣਦੀਆਂ, ਸਾਡਾ ਜਿਹੜੀ ਸਕਿਨ ਬਣਦੀ ਆ, ਸਾਡੇ ਅੰਦਰ ਖੂਨ ਬਣਦਾ, ਅਤੇ ਸਾਡਾ ਇੱਕ ਉਹ ਜੋਤ, ਕੌਣ ਇਹ ਕੰਮ ਕਰ ਰਿਹਾ ਸਾਰਾ? ਜੋਤ, ਜੋਤ ਰਾਹੀਂ ਸਭ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ, ਸਾਡੇ ਅੰਦਰ ਉਹ ਵਾਹਿਗੁਰੂ ਕੰਮ ਕਰ ਰਿਹਾ ਸਾਡੇ ਅੰਦਰ। ਅਸੀਂ ਆਪਣੇ ਆਪ ਨੂੰ ਉਸ ਤਰੀਕੇ ਨਾਲ ਨਹੀਂ ਦੇਖਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਗੁਰੂ ਪਾਤਸ਼ਾਹ ਨੇ ਡੂੰਘੀ ਸੋਚ ਦਿੱਤੀ ਆ ਸਾਨੂੰ। ਜਦੋਂ ਅਸੀਂ ਗੁਰਮਤ ਅਨੁਸਾਰ ਦੇਖਦੇ ਹਾਂ
ਕਿ ਸਰੀਰ ਦੀ ਸਾਰੀ ਕਿਰਿਆ ਚੱਲ ਰਹੀ ਆ ਜਿੱਦਾਂ ਆਪਣਾ ਸਵਾਸ ਅਸੀਂ ਨਹੀਂ ਸਾਹ ਲੈ ਰਹੇ ਸਾਹ ਆ ਰਿਹਾ ਸਾਨੂੰ ਜੇ ਸਾਹ ਨਾ ਆਵੇ ਤਾਂ ਅਸੀਂ ਮਰਦੇ ਹਾਂ ਹਾਰਟ ਦੀ ਜਿਹੜੀ ਸਾਡੀ ਉਹ ਵਾਹਿਗੁਰੂ ਨੇ ਰੇਸ਼ੋ ਰੱਖੀ ਉਹ ਆ ਉਸ ਰੇਸ਼ੋ ਦੇ ਅਨੁਸਾਰ ਸਾਡਾ ਦਿਲ ਜਿਹੜਾ ਹਾਰਟ ਆ ਉਹ ਫੰਕਸ਼ਨ ਕਰ ਰਿਹਾ ਅਸੀਂ ਨਹੀਂ ਉਹ ਹਾਰਟ ਨੂੰ ਚਲਾ ਰਹੇ ਸਾਰਾ ਸਾਡੇ ਸਰੀਰ ਦਾ ਅੱਖਾਂ ਨੂੰ ਜਿਹੜੇ ਡੇਲੇ ਦਿੱਤੇ ਆ ਕੌਰਨੀਆਂ ਦਿੱਤੀਆਂ ਬੱਚੇ ਦੇ ਪ੍ਰਕਾਸ਼ ਆ ਜੋਤ ਜਿਹਦੇ ਰਾਹੀਂ ਅਸੀਂ ਦੁਨੀਆਂ ਨੂੰ ਦੇਖਦੇ ਹਾਂ ਇਹ ਸਾਰਾ ਕਰਤਾ ਪੁਰਖ ਕੌਣ ਹੈ ਇਹਦਾ ਇਹ ਹੈ ਪ੍ਰਕਾਸ਼ ਆਤਮਾ ਉਹ ਹੈ ਰੱਬ ਦੀ ਜੋਤ ਸਾਰਿਆਂ ਦੇ ਵਿੱਚ ਹੁਣ ਜਿਹੜੀ ਸਾਰਿਆਂ ਦੇ ਵਿੱਚ ਜੋਤ ਆ ਉਸ ਜੋਤ ਨੂੰ ਇੱਕ ਖੇਡ ਦੇ ਵਿੱਚ ਪਾਇਆ ਉਹਨੇ ਵਾਹਿਗੁਰੂ ਨੇ ਜੋਤ ਨੂੰ ਖੇਡ ਦੇ ਵਿੱਚ ਪਾਉਣ ਦੇ ਲਈ ਉਹਨੇ ਸਰੀਰ ਬਣਾਏ ਆ ਸਾਰੇ ਸਾਡੇ ਜਾਂ ਦੁਨੀਆ ਕਹਿ ਲਓ ਸਾਰੀ ਦੁਨੀਆ ਹੀ ਸਰੀਰ ਭਾਈ ਕਸ਼ਮੀਰ ਸਿੰਘ ਜੀ ਇੰਨਾ ਵਿਸਥਾਰ ਵਿੱਚ ਨਹੀਂ ਜਾਣਾ ਜੀ ਆਪਾਂ ਤੱਤ ਲੈਣਾ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀ ਆ ਸਾਰੀ ਬਨਸਪਤੀ ਵਿੱਚ ਅੱਗ ਹੈ ਤੇ ਸਾਰੇ ਤਰ੍ਹਾਂ ਦੇ ਦੁੱਧ ਵਿੱਚ ਘਿਓ ਹੈ ਠੀਕ ਹੈ ਨਾ ਪਰ ਉਹ ਮਾਲਕ ਨੇ ਊਚ ਨੀਚ ਉੱਚੇ ਵੱਡੇ ਤੋਂ ਵੱਡੇ ਹਾਥੀ ਵਿੱਚ ਛੋਟੇ ਤੋਂ ਛੋਟੇ ਕੀੜੀ ਵਿੱਚ ਵੀ ਉਹਦੀ ਜੋਤ ਹੈ ਆਪਾਂ ਗੱਲ ਕਰਨੀ ਵੀ ਇਹ ਜੋ ਮਾਲਕ ਨੇ ਸਾਡੇ ਤੇ ਕਿਰਪਾ ਕਰਕੇ 84 ਲੱਖ ਜੂਨਾਂ ਵਿੱਚ ਉੱਤਮ ਸਮਾਨਸ ਦੇਈ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਅੱਜ ਸਹਿਸਤਾ ਜ਼ਮਾਨਾ ਹਰ ਬੱਚਾ ਜਾਣਦਾ ਇਹ ਪੜ੍ਹ ਲਿਖ ਕੇ ਜੋ ਸਾਨੂੰ ਮਾਨਸ ਦੇਈ ਮਿਲ ਗਈ ਹੈ ਜਿਸ ਧਰਮ ਵਿੱਚ ਅਸੀਂ ਪੈਦਾ ਹੋ ਗਏ ਸਾਨੂੰ ਕੀ ਕਰਨਾ ਚਾਹੀਦਾ ਇਹ ਮੈਂ ਪੁੱਛ ਰਿਹਾ ਆਪਾਂ ਨੂੰ ਕੀ ਕਰਨਾ ਚਾਹੀਦਾ ਜਦ ਜਿਸ ਤਰ੍ਹਾਂ ਮੈਂ ਆਪਾਂ ਨੂੰ ਕਿਵੇਂ ਗੁਰੂ ਵਾਲੇ ਬਣ ਕੇ ਇਹਨੂੰ ਸਫਲ ਕਿਵੇਂ ਕਰਨਾ ਆਪਾਂ ਬਿਲਕੁਲ ਜੀ ਹਾਂ ਸਤਿਗੁਰੂ ਜੀ ਨੇ ਆਪਾਂ ਨੂੰ ਨਿਤਨੇਮ ਦੀ ਬਾਣੀ ਦੇ ਵਿੱਚ ਜੀ ਇਹ ਉਪਦੇਸ਼ ਦਿੱਤਾ ਠੀਕ ਹੈ ਕਿ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕਿਤਨਾ ਕਾਮ ਮਿਲ ਸਾ ਸੰਤ ਅੱਜ ਕੇਵਲ ਨਾਮ ਦੁਨੀਆਂ ਦੇ ਵਿੱਚ ਆ ਕੇ ਸਾਨੂੰ ਇੱਕ ਜਿਹੜੀ ਮਨੁੱਖਾ ਜਨਮ ਪ੍ਰਾਪਤ ਹੋਇਆ ਨਾ ਇਹ ਜਨਮ ਜੀਵ ਨੂੰ ਸਮਝ ਨਹੀਂ ਹੈ ਕਿ ਮੈਨੂੰ ਕਿੰਨਾ ਔਖਾ ਪ੍ਰਾਪਤ ਹੋਇਆ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਕਾ ਜ਼ਮੀਨ ਕਰੰਗਾ ਕਈ ਜਨਮ ਪੰਖੀ ਸਰਫ ਹੋਇਓ ਕਈ ਜਨਮ ਹੈਬਰ ਬਿਰਖ ਜੋਇਓ ਚਿਰੰਕਾਲ ਦੇ ਸੰਜਰੀਆ ਮਿਲ ਜੇ ਡੀਸ ਮਿਲਣ ਕੀ ਬਰੀਆ ਹੈ ਨਾ ਵਾਰੀ ਮਿਲੀ ਆ ਤੇ ਕਹਿੰਦੇ ਹੁਣ ਤੂੰ ਵਾਹਿਗੁਰੂ ਦਾ ਮਿਲਾਪ ਕਰ ਠੀਕ ਹੈ ਮਿਲਾਪ ਕਰਨ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਬਿਨ ਸਤਿਗੁਰ ਕਿਨੇ ਨਾ ਪਾਇਓ ਨਾ ਕਦੇ ਕੋਈ ਪਾ ਸਕਿਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸੋ ਜਦੋਂ ਸਾਨੂੰ ਆਪੇ ਦੀ ਸਮਝ ਲੱਗ ਗਈ ਹੁਣ ਸਾਨੂੰ ਇਹ ਸਮਝ ਲੱਗ ਗਈ ਕਿ ਸਰੀਰ ਤਾਂ ਸਾਨੂੰ ਥੋੜ੍ਹੇ ਚਿਰ ਰਹਿਣ ਲਈ ਇੱਕ ਜਗ੍ਹਾ ਮਿਲੀ ਆ ਆਤਮਾ ਨੂੰ ਭਈ ਪ੍ਰਾਪਤ ਹੋਇਆ ਹੈ ਆਪਾਂ ਕੀ ਕਰੀਏ ਫਿਰ ਸਰੀਰ ਤਾਂ ਮਿਲ ਗਿਆ ਸਾਨੂੰ ਕੀ ਕਰਨਾ ਚਾਹੀਦਾ ਕਿਵੇਂ ਸਫਲ ਹੋਊਗੀ ਹਾਂਜੀ ਹਾਂਜੀ ਗੁਰੂ ਵਾਲੇ ਕਿਵੇਂ ਬਣਨਾ ਬਿਲਕੁਲ ਜੀ ਬਿਲਕੁਲ ਹਰ ਧਰਮ ਵਿੱਚ ਅੱਡੋ ਅੱਡ ਤਰੀਕਾ ਸਿੱਖ ਧਰਮ ਦੇ ਵਿੱਚ ਕੀ ਨਿਯਮ ਹੈ ਕਿਵੇਂ ਗੁਰੂ ਵਾਲੇ ਬਣਿਆ ਜਾਊਗਾ ਹਾਂਜੀ ਬਿਲਕੁਲ ਜਿਹੜਾ ਕਹਿਣ ਦਾ ਭਾਵ ਮੇਰਾ ਕਿ ਆਪਾਂ ਗੁਰੂ ਵਾਲੇ ਬਣਨ ਦਾ ਜਿਹੜਾ ਸਾਡਾ ਜ਼ਰੂਰੀ ਸਾਨੂੰ ਸਮਝ ਆਉਣੀ ਚਾਹੀਦੀ ਕਿ ਅਸੀਂ ਗੁਰੂ ਵਾਲੇ ਕਾਹਤੇ ਬਣਨਾ ਗੁਰੂ ਵਾਲੇ ਤਾਂ ਬਣਨਾ ਕਿ ਅਸੀਂ ਉਸ ਆਪਣੇ ਅੰਦਰ ਵਾਲੇ ਜੋਤੀ ਨੂੰ ਪਰਮ ਜੋਤ ਦੇ ਵਿੱਚ ਰਲਾਉਣਾ ਪਹਿਲਾਂ ਮਿਲਣਾ ਬਣਨਾ ਕਿਵੇਂ ਹੈ ਜੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਲਾਇਆ ਉਹ ਮਰਿਆਦਾ ਸੀ ਜਿਸ ਮਰਿਆਦਾ ਨੂੰ ਕਲਗੀਧਰ ਪਾਤਸ਼ਾਹ ਨੇ ਖੰਡੇ ਦੀ ਪੌੜ ਵਿੱਚ ਤਬਦੀਲ ਕਰ ਦਿੱਤਾ ਸਿੱਖ ਨੂੰ ਕੀ ਕਰਨਾ ਚਾਹੀਦਾ ਬਿਲਕੁਲ ਜੀ ਸਿੱਖ ਨੂੰ ਗੁਰੂ ਦੇ ਸਿੱਖ ਨੂੰ ਪਹਿਲਾਂ ਜਿਹੜਾ ਸ਼ੁਰੂ ਜਿਹੜੀ ਹੋਣੀ ਚਾਹੀਦੀ ਗੁਰਮਤ ਦੇ ਅਨੁਸਾਰ ਸੰਗਤ ਵਿੱਚ ਜਾ ਕੇ ਸਤਿਗੁਰੂ ਜੀ ਜਿੱਦਾਂ ਕਹਿੰਦੇ ਆ ਕਿ ਜੇ 100 ਚੰਦਾ ਅਗਵੇ ਸੂਰਜ ਚੜ੍ਹੇ 1000 ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ ਸਾਨੂੰ ਗੁਰੂ ਦੀ ਸੰਗਤ ਵਿੱਚ ਜਾ ਕੇ ਸਾਨੂੰ ਪਹਿਲਾਂ ਆਪਣੇ ਬਾਰੇ ਕੁਛ ਸੋਝੀ ਲੈਣੀ ਚਾਹੀਦੀ ਆ
ਜੀਵਨ ਦਾ ਮਕਸਦ ਕੀ ਆ, ਮਕਸਦ ਪਤਾ ਲੱਗ ਗਿਆ। ਸੋ ਜੀ ਤਾਂ ਆਪਾਂ ਗੁਰੂ ਵਾਲੇ ਬਣ ਕੇ ਬਣੂ ਨਾ, ਗੁਰੂ ਵਾਲੇ ਕਿਵੇਂ ਬਣਨਾ? ਹਾਂ, ਗੁਰੂ ਪਹਿਲਾਂ ਲੱਗਣਾ ਤੇ ਗੁਰੂ ਵਾਲੇ ਬਣਨਾ ਕਾਹਤੇ ਆ, ਹਨਾ। ਸਾਨੂੰ ਹੁਣ ਸੋਝੀ ਲੱਗੂਗੀ ਕਿ ਉੱਥੇ ਜਾ ਕੇ ਅਸੀਂ ਗੁਰੂ ਵਾਲੇ ਤਾਂ ਬਣਨਾ ਕਿ ਅਸੀਂ ਪਰਮਾਤਮਾ ਦਾ ਮਿਲਾਪ ਕਰਨਾ, ਪਰਮਾਤਮਾ ਦਾ ਮਿਲਾਪ ਕਰਨ ਦੇ ਅਸੀਂ ਗੁਰੂ ਵਾਲੇ ਬਣਨਾ, ਕਿਉਂਕਿ ਮੈਂ ਤੋਂ ਬਿਨਾਂ। ਹਾਂਜੀ, ਤੇ ਗੁਰੂ ਵਾਲੇ ਬਣਨ ਦੇ ਲਈ ਪਰਮਾਤਮਾ ਦੇ ਲੜ ਲੱਗਣਾ। ਕਿਵੇਂ ਲੜ ਲੱਗਣਾ? ਹਨਾ, ਜਿੱਦਾਂ ਜੇ ਸੁੱਖੋ ਚਾਹੇ ਸਦਾ ਸ਼ਰਨ ਰਾਮ ਕੀਲੇ। ਹੁਣ ਆਪਾਂ ਸ਼ਰਨ ਦੀ ਗੱਲ ਕਰਾਂਗੇ। ਸ਼ਰਨ ਲੈਣ ਦੇ ਲਈ ਗੁਰੂ ਪਾਤਸ਼ਾਹ ਜੀ ਨੇ ਜਿੱਥੇ ਗੁਰਸਿੱਖਾਂ ਨੂੰ ਪਹਿਲਾਂ ਜਾ ਕੇ ਜਿੱਥੇ ਜਿੱਥੇ ਵੀ ਜੀਵ ਸੀਗੇ, ਗੁਰਸਿੱਖ ਤਾਂ ਗੁਰੂ ਪਾਤਸ਼ਾਹ ਦੇ ਸਮੇਂ ਤੋਂ ਬਣੇ ਆ ਨਾ ਗੁਰਸਿੱਖ। ਸਿੱਖ ਨਾਮ ਸਿੱਖਿਆਰਥੀ ਦਾ, ਸਿੱਖਿਆਰਥੀ ਕਾਹਦਾ? ਉਸ ਇੱਕ ਅਕਾਲ ਪੁਰਖ ਦੇ ਆਪਣੇ ਮੂਲ ਦਾ ਸਿੱਖਿਆ ਲੈਣੀ, ਸਿੱਖਿਆਰਥੀ ਬਣਨਾ, ਉਸ ਮੂਲ ਬਾਰੇ ਸਮਝਣਾ, ਮੁੱਢ ਬਾਰੇ ਸਮਝਣਾ, ਔਰ ਅਸੀਂ ਕਿੱਦਾਂ ਵਿਛੜੇ ਹਾਂ, ਦੋ ਚੀਜ਼ਾਂ ਨੂੰ ਸਮਝ ਪਊਗੀ। ਸਾਡਾ ਜਿਹੜਾ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਾਂਗੇ, ਇੱਕ ਪਾਸੇ ਹੈ ਮਨਮੁੱਖ, ਉਹ ਜਿਹਨੂੰ ਗੁਰੂ ਤੋਂ ਬਿਨਾਂ ਕਿਹਾ ਜਾਂਦਾ, ਬਿਨ ਗੁਰਮੂੜ ਭੈ ਹੈ ਮਨਮੁੱਖ। ਸੋ ਗੁਰੂ ਤੋਂ ਬਿਨਾਂ ਬੰਦਾ ਜਿਹੜਾ ਆ ਮਨਮੁੱਖ ਆ। ਅਤੇ ਦੂਜੇ ਪਾਸੇ ਜਿਹੜਾ ਗੁਰੂ ਪਾਤਸ਼ਾਹ ਦੇ ਨਾਲ ਲੜ ਲੱਗ ਕੇ ਗੁਰੂ ਪਾਤਸ਼ਾਹ ਆਪਾਂ ਨੂੰ ਕੀ ਸਿਖਾਉਂਦੇ ਆ? ਪਹਿਲਾਂ ਆਪਾਂ ਨੂੰ ਇੱਕ ਦੀ ਸੋਝੀ ਦਿੰਦੇ ਆ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਸੋਝੀ ਦੇਣ ਲੱਗ ਗਿਆ ਨਾ। ਉਹ ਜਦੋਂ ਸੋਝੀ ਲਈ, ਉਹ ਸੋਝੀ ਦੇ ਨਾਲ ਸਾਨੂੰ ਥੋੜ੍ਹੀ ਜਿਹੀ ਸਮਝ ਲੱਗੀ ਕਿ ਅਸੀਂ ਉਸ ਮੂਲ ਦੇ ਨਾਲ, ਉਸ ਮੂਲ ਤੋਂ ਵਿਛੜਿਓ ਹਾਂ। ਹੁਣ ਉਹਦੇ ਨਾਲ ਜਿਹੜਾ ਵਿਛੋੜਾ ਆ ਉਹ ਕਾਹਤੇ ਪਿਆ? ਮਨਮੁੱਖਤਾ ਕਰਕੇ। ਮਨਮੁੱਖ ਜਿਹੜਾ, ਜਦੋਂ ਬੰਦਾ ਮਨਮੁੱਖ ਆ, ਉਹਨੂੰ ਆਪਣੇ ਜਿਹੜੀ ਸੋਝੀ ਆ ਜੀਵਨ ਦੀ ਹੋਰ ਤਰੀਕੇ ਨਾਲ, ਕਿਹਨੂੰ ਕਹਿੰਦੇ ਤੇ ਗੁਰਮੁਖ ਕਿਹਨੂੰ ਕਹਿੰਦੇ ਆ? ਗੁਰਮੁਖ ਬੰਦਾ ਉਦੋਂ ਬਣਦਾ ਜਿੱਦਾਂ ਰੱਖ ਲਓ ਕਿ, ਜਿੱਦਾਂ ਰੱਖ ਲਓ ਕੋਈ ਸਟੂਡੈਂਟ ਆ, ਉਹਨੂੰ ਜਦੋਂ ਕਲਾਸ ਦੇ ਵਿੱਚ ਦਾਖਲ ਹੋ ਜਾਂਦਾ ਨਾ, ਉਹਨੂੰ ਸਟੂਡੈਂਟ ਕਿਹਾ ਜਾਂਦਾ। ਜੇ ਉਹ ਕਿਸੇ ਕਲਾਸ 'ਚ ਦਾਖਲ ਨਹੀਂ ਹੋਇਆ, ਉਹਨੂੰ ਸਟੂਡੈਂਟ ਨਹੀਂ ਕਹਿ ਸਕਦੇ। ਗੁਰਮੁਖ ਉਹ ਬੰਦਾ ਆ ਜਿੱਦਣ ਗੁਰੂ ਦੀ ਕਲਾਸ 'ਤੇ, ਗੁਰੂ ਦੇ ਰਾਹੀਂ ਇੱਕ ਅੰਮ੍ਰਿਤਧਾਰੀ ਬਣ ਕੇ ਤੇ ਸਿੱਖੀ ਦੀ ਕਲਾਸ ਦੇ ਵਿੱਚ ਜੋ ਗੁਰੂ ਕਹਿੰਦਾ ਉਹ ਕੁਝ ਕਰਦਾ। ਹਾਂ, ਉਹ ਸਿੱਖ ਦਾ ਗੁਰੂ ਤੋਂ ਸਿੱਖ ਕੇ, ਜੋ ਗੁਰੂ ਕਹਿੰਦਾ ਉਹ ਕੁਝ ਕਰਦਾ ਉਹ ਗੁਰਮੁਖ ਹੈ। ਉਹ ਗੁਰਮੁਖ ਹੈ। ਸਿੱਖ ਮੀਤ ਚੱਲੋ ਗੁਰ ਜਾਲੀ, ਜੋ ਗੁਰ ਕਹੇ ਸੋਈ ਭਲ ਮਨ ਨੂੰ ਹਰ ਹਰ ਕਥਾ ਨਾਲੀ। ਬਿਲਕੁਲ। ਤੇ ਮਨਮੁੱਖ ਉਹ ਹੈ ਜਿਹੜਾ ਮਨ ਦੇ ਪਿੱਛੇ ਲੱਗਦਾ। ਭਾਈ ਕਸ਼ਮੀਰ ਸਿੰਘ ਜੀ, ਤੁਹਾਨੂੰ ਕਿੰਨਾ ਚਿਰ ਹੋ ਗਿਆ ਗੁਰੂ ਵਾਲੇ ਬਣੇ ਨੂੰ ਅੰਮ੍ਰਿਤ ਛਕਿਆ ਨੂੰ? ਸਤਿਗੁਰੂ ਜੀ ਨੇ ਕਿਰਪਾ ਕੀਤੀ। ਐਕਚੁਅਲੀ ਜੇ ਜਿੱਦਾਂ ਕਹੀਏ ਕਿ 40 ਸਾਲ ਜਿਹੜੀ ਪਹਿਲੀ ਉਮਰ ਆ ਮੈਂ, ਉਹ ਗੁਰੂ ਤੋਂ ਬਿਨਾਂ ਬਿਲਕੁਲ। ਗੁਰੂ ਦੀ ਸੰਗਤ ਕਰਕੇ, ਗੁਰੂ ਪਿਆਰਿਆਂ ਦੀ ਜਿਹੜੀ ਜਿੱਦਾਂ ਵਿਚਾਰਧਾਰਾ ਸੁਣ ਕੇ ਤੇ ਗੁਰਬਾਣੀ ਦੀ ਹੌਲੀ ਹੌਲੀ ਸਮਝ ਲੱਗੀ। ਮਹਿਸੂਸ ਹੋਇਆ ਵੀ ਮੈਂ ਕਿਸੇ ਚੀਜ਼ ਨਾਲ ਟੁੱਟਾ ਹੋਇਆ, ਗੁਰੂ ਵਾਲੇ ਬਣਨਾ ਚਾਹੀਦਾ। ਬਿਲਕੁਲ। ਫਿਰ ਤੁਸੀਂ ਅੰਮ੍ਰਿਤ ਛਕਿਆ? ਬਿਲਕੁਲ ਜੀ। ਠੀਕ ਹੈ। ਤੁਹਾਨੂੰ ਪਹਿਲੇ ਜੀਵਨ ਨਾਲ ਹੁਣ ਕੀ ਮਹਿਸੂਸ ਹੋਇਆ? ਪਹਿਲਾਂ ਜੀਵਨ ਮੈਂ ਉਹਨੂੰ ਗੁਰੂ ਪਾਤਸ਼ਾਹ ਦੀ ਬਾਣੀ ਰਾਹੀਂ ਜਿੱਦਾਂ ਉਹਨੂੰ ਬਿਆਨ ਕਰਨਾ ਚਾਹੁੰਦਾ ਕਿ ਕਰਤੂਤ ਪਸ਼ੂ ਕੀ ਮਾਨਸਜਾ, ਉਹ ਮੇਰੀ ਹਾਲਤ ਸੀ। ਪਾਉਂਦੇ ਵੀ ਉਹ ਜਨਮ ਮਨੁੱਖਾ ਸੀ ਪਰ ਕਰਤੂਤਾ ਪਸ਼ੂਆਂ ਵਾਲੀਆਂ ਸੀ। ਠੀਕ ਹੈ। ਤੇ ਉਹਦੇ ਵਿੱਚ ਕੀ ਸੀਗਾ ਕਿ ਬੰਦੇ ਨੂੰ ਆਪਣੀ ਸੋਝੀ ਨਹੀਂ ਹੈਗੀ, ਪਸ਼ੂ ਨੂੰ ਵੀ ਆਪਣੀ ਸੋਝੀ ਨਹੀਂ ਹੁੰਦੀ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਆਪਣੀ ਸੋਝੀ ਵਾਖੀ ਤੇ ਇਹ ਵਾਖਿਆ ਕਿ ਜੀਵਨ ਦਾ ਮਨੋਰਥ ਕੀ ਆ ਤੇਰੇ ਦਾ। ਜਿਹੜਾ ਜੀਵਨ ਦਾ ਮਨੋਰਥ ਗੁਰੂ ਪਾਤਸ਼ਾਹ ਨੇ ਬਖਸ਼ਿਆ, ਉਸ ਮਨੋਰਥ ਦਾ ਸਦਕਾ ਗੁਰੂ ਪਾਤਸ਼ਾਹ ਦੀ ਲੜ ਲੱਗ ਕੇ ਅੰਮ੍ਰਿਤ ਛੱਕ ਕੇ ਉਸ ਅਕਾਲ ਪੁਰਖ ਦੇ। ਤੁਹਾਨੂੰ ਇਹ ਬੜਾ ਮਹਿਸੂਸ ਹੁੰਦਾ ਵੀ ਮੈਂ ਜਿਹੜੇ 40 ਸਾਲ ਗੁਆਇਆ ਵੀ ਮੈਂ ਇਸ ਤੋਂ ਪਹਿਲਾਂ ਗੁਰੂ ਦੇ ਲੜ ਲੱਗਣਾ ਚਾਹੀਦਾ ਸੀ? ਬਿਲਕੁਲ ਜੀ। ਵਾਸਤਵ ਵਿੱਚ ਜਿੰਨਾ ਚਿਰ ਬੰਦਾ ਕੋਈ ਵੀ ਗੁਰੂ ਵਾਲਾ ਬਣ ਨਹੀਂ ਜਾਂਦਾ, ਉਨਾ ਚਿਰ ਉਹਨੂੰ ਕਲਯੁਗ ਡਰਾਉਂਦਾ। ਜਦੋਂ ਉਹੀ ਬੰਦਾ ਅੰਮ੍ਰਿਤ ਛੱਕ ਲੈਂਦਾ, ਉਹ ਕਹਿੰਦਾ ਮੇਰੀ ਜਿਹੜੀ ਪਿਛਲੀ ਬੀਤ ਗਈ ਉਮਰ ਬਹੁਤ ਪਛਤਾਉਂਦਾ। ਬਿਲਕੁਲ ਜੀ। ਵੀ ਮੈਂ ਕਿਉਂ ਨਗੁਰੇ ਨੇ ਬਤਾ ਲਈ। ਹਾਂਜੀ, ਕਿਉਂਕਿ ਕਿਉਂਕਿ ਜਿਹੜਾ ਆਨੰਦ ਉਹਨੂੰ ਫਿਰ ਮਿਲਦਾ ਗੁਰੂ ਵਾਲੇ ਬਣ ਕੇ। ਤੇ ਗੁਰੂ ਘਰ ਆਉਣਾ, ਜਦੋਂ ਰੋਜ਼ਾਨਾ ਗੁਰਬਾਣੀ ਕੀਰਤਨ ਕਥਾ ਸੁਣਨੀ, ਜਿਹੜਾ ਆਨੰਦ ਉਹ ਮਹਿਸੂਸ ਹੁੰਦਾ, ਉਹ ਸੋਚਦਾ ਵੀ ਮੇਰੀ ਪਹਿਲੀ ਜਿਹੜੀ ਉਮਰ ਚਲੀ ਗਈ ਹੈ ਉਹ ਐਵੇਂ ਚਲੀ ਗਈ। ਤੇ ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਉਹਨੂੰ ਕਦੋਂ ਉੱਠਣਾ ਚਾਹੀਦਾ, ਕੀ ਕਰਨਾ ਚਾਹੀਦਾ, ਥੋੜਾ ਜਿਹਾ ਇਹ ਵੀ ਦੱਸੋ ਸੰਗਤਾਂ ਨੂੰ। ਗੁਰੂ ਦੇ ਸਿੱਖ ਨੂੰ ਜਿੱਥੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਲੈਣੀ ਚਾਹੀਦੀ ਆ, ਪਰ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈਣ ਤੋਂ ਪਹਿਲਾਂ ਥੋੜ੍ਹੀ ਜਿਹੀ ਜਿਹੜੀ ਮੇਨ ਸੋਝੀ ਜ਼ਰੂਰ ਆਉਣੀ ਚਾਹੀਦੀ ਆ ਕਿ ਮੈਂ
ਉਸ ਅਕਾਲ ਪੁਰਖ ਨੂੰ ਆਪਣਾ ਉਹ ਜੇ ਆਪਾਂ ਗੱਲਾਂ ਕਰਾਂਗੇ ਨਾ ਸੋਝੀ ਤਾਂ ਫਿਰ ਲੈਂਦੇ ਆ, ਉਮਰ ਨਹੀਂ ਲੰਘ ਜਾਂਦੀ ਹੈ। ਹਰ ਬੰਦਾ ਇਹ ਸਵਾਲ ਕਰਦਾ ਹੁੰਦਾ ਜੀ ਮੇਰੀ ਅਜੇ ਤਿਆਰੀ ਨੀ, ਫਲਾਣਾ ਨੀ, ਉਹ ਨੀ। ਜਦੋਂ ਉਹ ਬੰਦਾ ਅੰਮ੍ਰਿਤ ਛਕ ਲੈਂਦਾ ਕਹਿੰਦਾ ਹਾਂ, ਉਹਨੂੰ ਪੰਜ ਪਿਆਰਿਆਂ ਨੇ ਜੋ ਰਹਿਤ ਮਰਿਆਦਾ ਦਰਸਾਉਣੀ ਸਭ ਕੁਛ ਪਤਾ ਲੱਗ ਜਾਣਾ। ਜੋ ਜਦੋਂ ਉਹਨੂੰ ਦੱਸਣਾ ਗੁਰੂ ਕਰੋ ਉਦੋਂ ਹੀ ਉਹਨੂੰ ਪਤਾ ਲੱਗਦਾ ਸਾਰਾ ਕੁਛ। ਕਈ ਵਾਰੀ ਸਾਡੀ ਉਮਰ ਹੀ ਲੰਘ ਜਾਂਦੀ, ਮੈਨੂੰ ਅਜੇ ਪਤਾ ਲੱਗ ਜਾਵੇ ਮੈਂ ਕੀ ਕਰਨਾ ਕਿਵੇਂ ਕਰਾਉਣਾ, ਉਹ ਫਿਰ ਇਸ ਕਰਕੇ ਬਹੁਤਾ ਟਾਈਮ। ਮਹਾਰਾਜ ਦੀ ਬਾਣੀ ਕਹਿੰਦੀ ਨਾ ਬਿਲੰਬ ਧਰਮੰਗ, ਨਾ ਦੇਰੀ ਕਰੋ ਧਰਮ ਦੇ ਕੰਮ ਚੋ, ਦੇਰੀ ਕਰਨੀ ਬਿਲੰਬ ਪਾਪੰਗ, ਪਾਪ ਦੇ ਕੰਮ ਚੋ ਸੋਚੋ ਇਹਦਾ ਰਿਜ਼ਲਟ ਕੀ ਨਿਕਲੂ। ਇੱਕ ਮਾੜਾ ਕੰਮ ਥੋੜਾ ਮਾੜਾ ਬਿਲਕੁਲ ਨਾ ਸੋਚੋ, ਸੋਚਣਾ ਤਾਂ ਮਾੜਾ ਕੰਮ ਕਰੋਗੇ ਸੋਚੀ ਜਾਓ ਉਹਦਾ ਰਿਜ਼ਲਟ ਕੀ ਨਿਕਲੂਗਾ। ਇਸ ਵਾਸਤੇ ਨਾ ਬਿਲੰਬ ਧਰਮੰਗ ਨਹੀਂ ਸੋਚਣਾ ਚਾਹੀਦਾ। ਅੰਮ੍ਰਿਤ ਵੇਲੇ ਦੀ ਕੀ ਮਾਨਤਾ ਸਿੱਖ ਵਾਸਤੇ ਵੀ ਕਦੋਂ ਉੱਠਣਾ ਚਾਹੀਦਾ, ਕੀ ਕਰਨਾ ਚਾਹੀਦਾ? ਆਪ ਜੀ ਥੋੜਾ ਜਿਹਾ ਇਹਦੇ ਬਾਰੇ ਦੱਸੋ, ਤੁਸੀਂ ਵੀ ਕਰਦੇ ਹੋਗੇ। ਬਿਲਕੁਲ ਜੀ, ਜਿਹੜਾ ਤੁਸੀਂ ਸਾਡੇ ਕੋਲ ਕੈਨੇਡਾ ਤੋਂ ਆਏ ਹੋ, ਸਾਨੂੰ ਵੀ ਪਤਾ ਲੱਗੇ ਵੀ ਕਿੰਨੇ ਸਿੱਖ ਵੀ ਉੱਥੇ ਵੀ ਚੜ੍ਹਦੀ ਕਲਾ ਲਿਆ, ਕਿੰਨੇ ਵਜੇ ਕਿਸ ਤਰ੍ਹਾਂ ਅੰਮ੍ਰਿਤ ਵੇਲਾ, ਠੀਕ ਹੈ ਨਾ? ਹਾਂਜੀ। ਵੈਸੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਭਾਵੇਂ ਗੁਪਤ ਨੇ, ਅਗਲੇ ਬੰਦੇ ਦਾ ਜੀਵਨ ਜਿਵੇਂ ਅਗਲਾ ਕਹਿੰਦਾ ਬੈਂਕ ਬੈਲੈਂਸ ਨਹੀਂ ਦੱਸਣਾ, ਮੈਂ ਨਹੀਂ ਦੱਸਦਾ, ਪਰ ਇਹਦੇ ਨਾਲ ਹੋਰ ਬੰਦਿਆਂ ਨੂੰ ਵੀ ਜਾਗ ਲੱਗਦੀ ਵੀ ਅੰਮ੍ਰਿਤ ਵੇਲੇ ਵਿੱਚ ਕੀ ਆਨੰਦ ਮਿਲਦਾ, ਕਿੰਨੇ ਵਜੇ ਉੱਠਣਾ, ਕੀ ਸਿੱਖ ਨੂੰ ਕਿੰਨਾ ਸਮਾਂ ਕਰਨਾ ਚਾਹੀਦਾ, ਸਿਮਰਨ ਕਿਵੇਂ ਕਰਨਾ ਚਾਹੀਦਾ, ਥੋੜਾ ਜਿਹਾ ਆਪਾਂ ਥੋੜਾ ਤੁਰੇ ਚੱਲੀਏ। ਹਾਂਜੀ ਬਿਲਕੁਲ ਜੀ। ਗੁਰੂ ਦੇ ਸਿੱਖ ਨੂੰ ਗੁਰੂ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਦਾ ਜਿਹੜੀ ਨਾਮ ਦੀ ਦਾਤ ਦਿੱਤੀ ਆ ਨਾ, ਜਿਹੜਾ ਗੁਰਮੰਤਰ ਦਿੱਤਾ ਜੀ ਜੀ ਸਤਿਗੁਰੂ ਜੀ ਨੇ, ਉਹਦੇ ਬਾਰੇ ਆਪਾਂ ਨੂੰ ਬਹੁਤ ਇੱਕ ਵੱਡੀ ਚੀਜ਼ ਦਿੱਤੀ, ਬਹੁਤ ਵੱਡੀ ਇੱਕ ਦਾਤ ਦਿੱਤੀ ਹੈ ਜਿਹੜੀ ਨਾਮ ਦੀ ਦਾਤ ਦਿੱਤੀ ਹੈ। ਕਿਉਂਕਿ ਕਿਸੇ ਵੀ ਦੁਨਿਆਵੀ ਪੱਖ ਤੋਂ ਕਿਸੇ ਵੀ ਬੰਦੇ ਦੇ ਨਾਲ ਅਸੀਂ ਨਾਤਾ ਨਹੀਂ ਜੋੜ ਸਕਦੇ ਜੇ ਉਹਦਾ ਨਾਮ ਨਹੀਂ ਹੈਗਾ ਸਾਡੇ ਕੋਲ। ਵਾਹਿਗੁਰੂ ਦੇ ਨਾਲ ਅਸੀਂ ਨਾਤਾ ਨਹੀਂ ਜੋੜ ਸਕਦੇ ਜੇ ਵਾਹਿਗੁਰੂ ਦਾ ਸਾਡੇ ਕੋਲ ਨਾਮ ਨਹੀਂ ਹੈਗਾ। ਨਾਮ ਤੋਂ ਗਾਹਾਂ ਉਹਦੇ ਬਾਰੇ ਗਿਆਨ, ਨਾਮ ਤਾਂ ਪੰਜਾਂ ਪਿਆਰਿਆਂ ਨੇ ਦੇ ਦਿੱਤਾ। ਉਹਨੂੰ ਮੈਂ ਦੱਸ ਰਿਹਾ ਵੀ ਅੰਮ੍ਰਿਤ ਵੇਲੇ ਕਦੋਂ ਉੱਠਣਾ ਚਾਹੀਦਾ, ਕਿਵੇਂ ਜਪਣਾ ਚਾਹੀਦਾ, ਇਸ ਬਾਰੇ ਥੋੜਾ ਤੁਹਾਨੂੰ ਗਿਆਨ ਹੋਊ ਤੁਸੀਂ ਦੱਸੋ। ਬਿਲਕੁਲ ਜੀ, ਜਿਹੜਾ ਅੰਮ੍ਰਿਤ ਵੇਲਾ 12 ਵਜੇ ਤੋਂ ਲਾ ਕੇ ਰਾਤ ਦੀ 12 ਵਜੇ ਤੋਂ ਬਾਅਦ, ਹਾਂ, ਉਹ ਜਿੰਨਾ ਚਿਰ ਆਪਣਾ ਸੂਰਜ ਦੀ ਰੋਸ਼ਨੀ ਨਹੀਂ, ਮਤਲਬ ਸੂਰਜ ਦਾ ਪ੍ਰਕਾਸ਼ ਨਹੀਂ ਹੋ ਜਾਂਦਾ ਸਾਰੇ, ਉਹਨੂੰ ਅੰਮ੍ਰਿਤ ਵੇਲਾ ਹੀ ਕਿਹਾ ਸਾਰਾ। ਅੱਛਾ। ਅੱਜ ਤਾਂ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਠੀਕ ਹੈ, ਹੈ ਨਾ? ਸੋ ਸੱਚੇ ਨਾਮ ਦੀ ਵਡਿਆਈ ਕਰਨੀ, ਜਿਹਦੇ ਵਿੱਚ ਗੁਰੂ ਪਾਤਸ਼ਾਹ ਨੇ ਪਹਿਲੀ ਵਡਿਆਈ ਆਪਾਂ ਨੂੰ ਕਰਨ ਨੂੰ ਗੁਰਮੰਤਰ ਦੇ ਵਿੱਚ ਹੀ ਵਡਿਆਈ ਦਿੱਤੀ ਆ। ਜਿੱਦਾਂ ਗੁਰੂ ਸਾਹਿਬ ਕਹਿੰਦੇ ਵਾਹੋ ਵਾਹੋ ਸਿਫਤ ਸਲਾਹ ਹੈ, ਵਾਹੋ ਵਾਹੋ ਕਰੇ ਸੋ ਹੋਏ। ਸੋ ਵਾਹ ਵਾਹਿਗੁਰੂ 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 ਗੁਰਮੰਤਰ। ਹੁਣ ਅਗਲਾ ਪੁੱਛਣਾ ਚਾਹੁੰਦਾ ਵੀ ਕਿੰਨਾ ਚਿਰ ਜਪੀਏ? ਇਹ ਇੱਥੇ ਆਪਾਂ ਆਉਂਦੇ ਹਾਂ ਕਿ ਇਹ ਗੁਰਮੰਤਰ ਜਿਹੜਾ ਹੈ ਨਾ, ਇਹਨੂੰ ਹੌਲੀ 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 ਕਰਕੇ ਦ੍ਰਿੜ ਕਰਨਾ। ਘੱਟੋ ਘੱਟ 2.5 ਘੰਟੇ ਸਾਡਾ ਦਸਵੰਧ ਬਣਦਾ, 24 ਘੰਟਿਆਂ ਦੇ ਵਿੱਚੋਂ 2.5 ਘੰਟੇ ਦਸਵੰਧ ਬਣਦਾ ਸਾਡਾ, ਠੀਕ ਹੈ। ਜਿੱਦਾਂ ਆਪਾਂ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ, ਏਦਾਂ ਹੀ ਸਵਾਸਾਂ ਦਾ ਦਸਵੰਧ ਕੱਢਦਿਆਂ ਹੋਇਆਂ, ਠੀਕ ਹੈ, ਸਾਨੂੰ 2.5 ਘੰਟੇ ਦਿਹਾੜੀ ਦੇ ਗੁਰੂ ਪਾਤਸ਼ਾਹ ਲਈ, ਰੱਬ ਲਈ, ਵਾਹਿਗੁਰੂ ਲਈ ਰੱਖਣੇ ਚਾਹੀਦੇ। ਉਹਦੇ ਵਿੱਚੋਂ ਤੁਸੀਂ ਆਪ ਦੇਖਣਾ ਕਿ ਮੈਂ ਨਿਤਨੇਮ ਦੀਆਂ ਬਾਣੀਆਂ ਕਿੰਨੇ ਚਿਰ ਦੇ ਵਿੱਚ ਪੜ੍ਹ ਕੇ ਵਿਚਾਰ ਕੇ ਪੜ੍ਹ ਸਕਦਾ ਪਿਆਰ ਦੇ ਨਾਲ, ਅਤੇ ਗੁਰਮੰਤਰ ਲਈ ਮੇਰੇ ਕੋਲ ਕਿੰਨਾ ਟਾਈਮ ਆ। ਅਤੇ ਉਸ ਲਿਹਾਜ਼ ਦੇ ਨਾਲ ਜੇ ਸਵੇਰ ਨੂੰ ਤੁਸੀਂ 2.5 ਘੰਟੇ ਕੱਢ ਸਕਦੇ ਬਹੁਤ ਹੀ ਵਧੀਆ ਆ, ਬਿਲਕੁਲ ਜੀ ਤੁਸੀਂ ਉਹ ਵੀ ਕਰ ਸਕਦੇ ਆ। ਸ਼ਾਮ ਨੂੰ ਤੁਸੀਂ ਬਹਿਣਾ ਆ, ਸ਼ਾਮ ਨੂੰ ਰਹਿਰਾਸ ਸਾਹਿਬ ਕਰਨੀ ਆ, ਉਦੋਂ ਵੀ ਤੁਸੀਂ ਬੈਠ ਕੇ 10 ਮਿੰਟ 20 ਮਿੰਟ ਅੱਧਾ ਘੰਟਾ ਗੁਰਮੰਤਰ ਵੀ ਨਾਲ ਕਰ ਸਕਦੇ ਆ। ਜਾਂ ਫਿਰ ਤੁਸੀਂ ਸੌਣ ਵੇਲੇ ਸੋਹਲੇ ਦੀ ਬਾਣੀ ਪੜ੍ਹਨੀ ਆ, ਬਜਾਏ ਕਿ ਉੱਦਾਂ ਹੀ ਦੁਨਿਆਵੀ ਵਿਚਾਰਾਂ ਦੇ ਵਿੱਚ ਸਾਨੂੰ ਨੀਂਦ ਨਹੀਂ ਆਉਣੀ, ਚਿੰਤਾ ਦੇ ਵਿੱਚ ਲੱਗੇ ਰਹਿਣਾ। ਵਾਹਿਗੁਰੂ ਦਾ ਸ਼ੁਕਰ ਕਰੋ, ਵਾਹਿਗੁਰੂ ਤੇ ਅੱਜ ਕੀ ਕੀ ਸਾਨੂੰ ਵਿੱਚ ਬਖਸ਼ਿਸ਼ਾਂ ਕੀਤੀਆਂ, ਤੇ ਗੁਰਮੰਤਰ ਦੇ ਰਾਹੀਂ ਨਾਲੇ ਸਿਮਰਨ ਕਰੋ, ਨਾਲੇ ਉਹਨਾਂ ਦਾ ਸ਼ੁਕਰਾਨਾ ਕਰ ਲਓ, ਠੀਕ ਹੈ। ਤੇ ਇਸ ਕਰਕੇ 2.5 ਘੰਟੇ ਸਾਡਾ ਜਿਹੜਾ ਉਹ ਉਹਦੇ ਵਿੱਚ ਦਸਵੰਧ ਬਣਦਾ, ਤੇ 2.5 ਘੰਟੇ ਸਾਨੂੰ ਘੱਟੋ ਘੱਟ ਕੱਢਣੇ ਚਾਹੀਦੇ ਆ, ਬਾਕੀ ਹੋਰ ਸੇਵਾ ਸਿਮਰਨ ਜੋ ਕੁਛ ਨਾ ਵੱਧ ਤੋਂ ਵੱਧ ਕੱਢੀ ਉਹ ਲਾਹੀ ਆ ਜੀ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ। ਤੇ ਅੰਮ੍ਰਿਤ ਵੇਲੇ ਸਿਮਰਨ ਦੇ ਨਾਲ ਨਾਲ ਬਾਣੀ ਨਿਤਨੇਮ, ਬਿਲਕੁਲ ਜੀ, ਆਪਾਂ ਨੂੰ 5 ਬਾਣੀਆਂ ਗੁਰੂ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਦੀਆਂ ਦਿੱਤੀਆਂ, ਹਾਂਜੀ, ਜਪ ਜੀ ਸਾਹਿਬ, ਜਾਪ ਸਾਹਿਬ, ਤਪ ਪ੍ਰਸਾਦ ਸਵਈਏ, ਤੇ ਇੱਕ ਵਿਵਾਦ ਚ ਬੇਨਤੀ ਚੌਪਾਈ ਤੇ ਆਨੰਦ ਸਾਹਿਬ, ਠੀਕ ਹੈ। ਇਹਨਾਂ 5 ਬਾਣੀਆਂ ਨੂੰ ਪਿਆਰ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਪੜ੍ਹਨਾ ਚਾਹੀਦਾ, ਤਾਂ ਕਿ ਜੇ ਮਨ ਨਾ ਜੁੜੇ ਤਾਂ ਕੀ ਕਰੀਏ ਜੀ? ਅਰਦਾਸ ਕਰਨੀ ਚਾਹੀਦੀ ਹੈ। ਗੁਰੂ ਪਾਤਸ਼ਾਹ ਬਹੁਤ ਸਮਰੱਥ ਆ, ਸਾਨੂੰ ਗੁਰੂ ਪਾਤਸ਼ਾਹ ਨੇ ਦੱਸਿਆ ਕਿ ਕੀ ਕਰਨਾ ਚਾਹੀਦਾ, ਜੇ ਨਹੀਂ ਆਪਾਂ ਮਨ ਜੋੜਦਾ ਤਾਂ ਕੀ ਕਰਨਾ ਚਾਹੀਦਾ।
ਜਿੱਦਾਂ ਆਪਾਂ ਨੂੰ ਗੁਰੂ ਪਾਤਸ਼ਾਹ ਕਹਿੰਦੇ ਇੱਕ ਇੱਕ ਬੜਾ ਗੁਣ ਆ, ਵੱਡਾ ਗੁਣ ਆ, ਕਹਿੰਦੇ ਸਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਭਿਖਰੇ। ਬਹੁਤ ਉੱਚਾ ਗੁਣ ਆ ਕਹਿੰਦੇ, ਤੇ ਉਸ ਬਾਲਕ ਨੂੰ ਵਾਹਿਗੁਰੂ ਨੂੰ ਦੂਰ ਨਾ ਸਮਝ। ਜਦੋਂ ਗੁਰਸਿੱਖ ਕਈ ਬੰਦੇ ਭਾਈ ਕਸ਼ਮੀਰ ਸਿੰਘ ਜੀ ਬਹੁਤ ਸਵਾਲ ਕਰਦੇ ਵੀ ਸਵੇਰੇ ਉੱਠੀ ਦਾ ਤੇ ਨੀਂਦ ਬੋਂਦ ਹੁੰਦੀ ਆ ਜਾਂ ਉੱਠਿਆ ਨਹੀਂ ਜਾਂਦਾ, ਤੇ ਕੀ ਕਹਿਣਾ ਚਾਹੋਗੇ? ਗੁਰਸਿੱਖ ਨੂੰ ਆਪਣਾ ਜਿੱਦਾਂ ਨਾ ਮੈਂ ਸੋਚਦਾ ਹੁੰਦਾ ਕਿ ਗੁਰਸਿੱਖ ਨੂੰ ਸ਼ਾਮ ਸੰਭਾਲਣੀ ਚਾਹੀਦੀ ਅੰਮ੍ਰਿਤ ਵੇਲਾ ਸੰਭਾਲਣ ਲਈ। ਜੇ ਸ਼ਾਮ ਨੂੰ ਤੁਸੀਂ ਬੈਠੇ ਟੈਲੀਵਿਜ਼ਨ ਦੇਖਦੇ ਰਹਿੰਦੇ ਆ, ਦੁਨੀਆਂ ਦੀਆਂ ਗੱਲਾਂ ਦੇ ਵਿੱਚ ਪਏ ਰਹਿੰਦੇ ਆ, ਸਵੇਰੇ ਥਾਤੋਂ ਵਾਕਿਆ ਹੀ ਨਹੀਂ ਜਾਂਦਾ, ਜੇ ਸਰੀਰ ਨੂੰ ਆਰਾਮ ਹੀ ਨਹੀਂ ਮਿਲਿਆ। ਸਹੀ ਆ ਜੀ, ਤੇ ਗੱਲ ਇੱਥੇ ਆਉਂਦੀ ਜੇ 5-6 ਘੰਟੇ ਤੁਹਾਨੂੰ ਸਰੀਰ ਨੂੰ ਆਰਾਮ ਚਾਹੀਦਾ, ਜੇ ਉਹ ਆਰਾਮ ਨਹੀਂ ਦਿੱਤਾ ਤੁਸੀਂ ਸਰੀਰ ਨੂੰ ਸਵੇਰਾ ਥਾਤੋਂ ਅੰਮ੍ਰਿਤ ਵੇਲੇ ਤੇ ਉਹ ਅਸਰ ਪੈਣਾ। ਬਸ ਠੀਕ ਹੈ, ਇਸ ਕਰਕੇ ਜਿੱਦਾਂ ਸ਼ਾਮ ਸੰਭਾਲਣੀ ਚਾਹੀਦੀ ਆ, ਫਜ਼ੂਲ ਗੱਲਾਂ, ਫਜ਼ੂਲ ਜਿਹੜਾ ਅਸੀਂ ਜੇ ਰਾਤ ਨੂੰ 12 ਵਜੇ ਤੱਕ ਸੀਰੀਅਲ ਹੀ ਵੇਖਦੇ ਰਹਿ ਫਿਰ ਤਾਂ ਬੜਾ ਮੁਸ਼ਕਲ ਹੈ ਨਾ। ਬਿਲਕੁਲ ਜੀ, ਫਿਰ ਇਸ ਵਾਸਤੇ ਟਾਈਮ ਦੇ ਨਾਲ ਆਰਾਮ ਕਰਨਾ, ਤੇ ਤਾਂ ਜੋ ਸਰੀਰ ਨੂੰ ਆਰਾਮ ਵੀ 6 ਘੰਟੇ ਚਾਹੀਦਾ, 5-6 ਘੰਟੇ ਬਿਲਕੁਲ ਚਾਹੀਦਾ ਜੀ, ਠੀਕ ਹੈ ਨਾ। ਇਸ ਕਰਕੇ ਜਦੋਂ ਆਪਾਂ ਫਿਰ ਵੇਲੇ ਸਰ ਸਵੇਰੇ ਜੇ ਹੁਣ ਬੰਦਾ ਆਉਂਦਾ ਹੀ 10-11 ਵਜੇ ਕੰਮ ਤੇ ਫਿਰ ਉਹਨੂੰ ਕੀ ਕਰਨਾ ਚਾਹੀਦਾ? ਜੇ ਹੁਣ ਹਾਂਜੀ ਆਪਾਂ ਫੋਰਨ ਕੰਟਰੀਆਂ ਵਿੱਚ ਰਹਿੰਦੇ, ਇੱਥੇ ਸ਼ਿਫਟ ਵਰਕ ਵੀ ਆ, ਸਾਨੂੰ ਇਹ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਣਾ ਕਿ ਅਸੀਂ ਇੱਦਾਂ ਨਾ ਹੋਵੇ ਕਿ ਅਸੀਂ ਸਵੇਰ ਦਾ ਜੇ ਵੇਲਾ ਨਹੀਂ ਤਾਂ ਅਸੀਂ ਅੰਮ੍ਰਿਤ ਛਕਣ ਤੋਂ ਸੰਕੋਚ ਕਰੀਏ, ਇੱਦਾਂ ਨਹੀਂ। ਜੇ ਗੁਰਮਤ ਵਿੱਚ ਗੁਰਮਤ ਅਨੁਸਾਰ ਤਾਂ ਮਨੁੱਖਾ ਜਨਮ ਵੀ ਅੰਮ੍ਰਿਤ ਵੇਲਾ, ਤੇ ਜਦੋਂ ਆਪਾਂ ਨਿਤਨੇਮ ਕਰ ਰਹੇ ਹਾਂ ਬਾਣੀ ਗੁਰੂ ਨਾਲ ਜੁੜੇ ਹਾਂ ਨਿਤਨ ਅੰਮ੍ਰਿਤ ਵੇਲਾ, ਠੀਕ ਹੈ ਨਾ। ਜੇ ਅੰਮ੍ਰਿਤ ਵੇਲੇ ਬੰਦਾ ਕੰਮ ਤੇ ਹੀ ਦਿਨ ਚੜੇ ਆਇਆ ਆ ਕੇ ਕਰ ਸਕਦਾ ਠੀਕ ਹੈ, ਤੇ ਨਹੀਂ ਤਾਂ ਉਹ ਆਰਾਮ ਕਰਕੇ ਵਾ ਦਨ ਦਨ ਵੀ ਕਰਨਾ ਜ਼ਰੂਰ ਹੈ 24 ਘੰਟੇ ਵਿੱਚ ਨਿਤਨੇਮ। ਹਾਂ ਜੀ ਬਿਲਕੁਲ, 2.5 ਘੰਟੇ ਕੋਸ਼ਿਸ਼ ਕਰਨੀ ਹੈ ਆਪਾਂ, ਠੀਕ ਹੈ ਨਾ। ਬਿਲਕੁਲ ਜੀ ਬਿਲਕੁਲ, ਇਸ ਵਹਿਮ ਚ ਵੀ ਨਹੀਂ ਪੈਣਾ ਵੀ ਪਤਾ ਨਹੀਂ ਹੁਣ ਵੀ ਐ ਨਹੀਂ ਹੋਇਆ ਜਾਂ ਹਾਂ ਪਈ ਮੈਂ ਤੜਕੇ ਨਹੀਂ ਕਰ ਸਕਿਆ ਤਾਂ ਸ਼ਾਇਦ ਪਈ ਬਾਹਰ ਵਿੱਚ ਠੀਕ ਨਹੀਂ ਹੈਗਾ, ਇਹ ਇਸ ਵੀ ਚੱਕਰ 'ਚ ਨਹੀਂ ਪੈਣਾ ਕਿਉਂਕਿ ਗੁਰਸਿੱਖ ਲਈ ਜਦੋਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਜੁੜਦਾ ਉਹੀ ਅੰਮ੍ਰਿਤ ਵੇਲਾ, ਠੀਕ ਹੈ ਠੀਕ ਹੈ। ਤੇ ਇਸ ਕਰਕੇ 8 ਪੈਰਾਂ ਦੇ ਵਿੱਚੋਂ ਆਪਾਂ ਜਿੱਦਾਂ ਪਈ ਟਾਈਮ ਕੱਢਣਾ, ਜਿੱਦਾਂ ਪਈ 2.5 ਘੰਟੇ ਬਣਦੇ ਆ, ਤੇ ਉਹਦੇ ਵਿੱਚ ਤੁਸੀਂ ਵੱਧ ਜਿੰਨਾ ਮਰਜ਼ੀ ਮਾਰਗ ਦੇ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਜਿੰਨਾ ਵੀ ਜਪਿਆ ਜਾਵੇ, ਪਰ ਜਿਹੜਾ ਉਹ ਜ਼ਰੂਰੀ ਹੈ ਨਾ ਉਹ ਤਾਂ ਕਰਨਾ ਹੀ ਕਰਨਾ ਨਾ ਆਪਾਂ, ਜਿਹੜਾ ਆਪਾਂ ਨੂੰ ਹੁਕਮ ਹੈ ਮਹਾਰਾਜ ਦਾ ਦਸਵੰਤਾ, ਠੀਕ ਹੈ ਨਾ। ਉਹ ਕਰਨਾ ਵੀ ਪਿਆਰ ਦੇ ਨਾਲ ਹੈ ਜੀ, ਜਿਹੜੀ ਇਸ ਦਾ ਥੋੜੀ ਜਿਹੀ ਧਿਆਨ ਦੇ ਵਿੱਚ ਰੱਖਣ ਵਾਲੀ ਗੱਲ ਹੈ, ਪਹਿਲਾਂ ਪਿਆਰ ਨਾ ਆਵੇ ਕਹਿੰਦੇ ਛੱਡਣਾ ਵੀ ਨਹੀਂ ਚਾਹੀਦਾ, ਇਹ ਵੀ ਗੱਲ ਤੁਹਾਡਾ ਉਹ ਇਹ ਗੱਲ ਠੀਕ ਹੈ ਤੁਹਾਡੀ, ਜੇ ਹੁਣ ਤੁਸੀਂ ਮੈਨੂੰ ਪਿਆਰ ਨਾਲ ਮੇਰਾ ਮਨ ਨਹੀਂ ਲੱਗਾ ਤਾਂ ਕੀ ਹੁੰਦਾ ਮਤਲਬ ਵੀ ਕਰਨਾ ਨਹੀਂ, ਨਹੀਂ ਇਹ ਗੱਲ ਨਹੀਂ ਹੈ। ਪਿਆਰ ਦੇ ਨਾਲ ਕਹਿਣ ਦਾ ਭਾਵ ਹੈ ਆਪਾਂ ਜਿੱਦਾਂ ਇੰਪੋਰਟੈਂਸ ਦੇਣੀ ਚਾਹੀਦੀ ਹੈ ਸਾਡੇ ਅੰਦਰੋਂ ਨਿਤਨੇ ਉਹਨੂੰ, ਪਿਆਰ ਉਸ ਚੀਜ਼ ਨੂੰ ਬਣ ਜਾਂਦਾ ਜਿਹਨੂੰ ਆਪਾਂ ਇੰਪੋਰਟੈਂਸ ਦਿੰਦੇ ਰਹਿੰਦੇ ਹਾਂ। ਪਿਆਰ ਮੀਨਿੰਗ ਤੁਸੀਂ ਮਾੜਾ ਦੱਸੋਗੇ ਕਿਸ ਤਰ੍ਹਾਂ ਦੀ? ਪਿਆਰ ਇਹਦਾ ਹੁੰਦਾ ਕਿ ਗੁਰਬਾਣੀ ਸਾਨੂੰ ਇਦਾਂ ਪੜ੍ਹਨੀ ਚਾਹੀਦੀ ਆ ਕਿ ਮੈਂ ਆਪਣੇ ਮਾਲਕ ਦੇ ਨਾਲ ਵਿਚਾਰ ਵਟਾਂਦਰਾ ਕਰ ਰਿਹਾ, ਰੱਬ ਨਾਲ ਗੱਲ ਕਰ ਰਿਹਾ, ਕਿੱਦਾਂ ਇਹ ਸਰੀਰ ਆ ਮੇਰਿਆ, ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ, ਕਹਿੰਦੇ ਰੱਖੀ ਆ ਹਰ ਤੋਂ ਮੈਂ ਜੋਤ ਰੱਖੀ, ਜਿਹੜੀ ਬਾਣੀ ਪੜ੍ਹ ਰਹੇ ਆ ਗੁਰੂ ਨੂੰ ਸੁਣਾ ਰਹੇ ਤੇ ਆਪ ਵੀ ਸੁਣ ਰਹੇ ਆ, ਆਪ ਵੀ ਸੁਣ ਰਹੇ ਆ ਤੇ ਗੁਰੂ ਨੂੰ ਵੀ ਸੁਣਾ ਰਹੇ ਆ, ਤਾਂ ਮਨ ਲੱਗੂ ਤੇ ਤਾਂ ਪਿਆਰ ਬਣਾ, ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ, ਹਰ ਜੋਤ ਰੱਖੀ ਤਦ ਵੀ ਤਾਂ ਤੂੰ ਜਗ ਮੇ ਆਇਆ, ਆਪੇ ਮਾਤਾ ਆਪੇ ਪਿਤਾ ਆਪੇ ਪਿਤਾ, ਹਨਾ। ਹੁਣ ਜੇ ਏਦਾਂ ਆਪਾਂ ਬਾਣੀ ਨੂੰ ਨਾ ਪਿਆਰ ਦੇ ਨਾਲ ਏਦਾਂ ਏਦਾਂ ਪੜ੍ਹੋਗੇ ਤੁਸੀਂ ਤੇ ਫਿਰ ਉਹ ਮਾਤਾ ਪਿਤਾ ਦੂਰ ਨਹੀਂ ਹੈ, ਮਨ ਚਾਹੋ ਪਿਆ ਪ੍ਰਭਾਗ ਨੂੰ ਸੁਣਿਆ ਮੰਗਲ ਗਾਓ ਸਹੀ ਗ੍ਰਹਿ ਬੰਦਰਾ, ਬਸ ਉਹ ਮੰਗਲ ਗਾਉਣੇ ਆ ਪਿਆਰ ਚ ਗਾਉਣੇ ਆ ਮੰਗਲ, ਜਦੋਂ ਪਿਆਰ ਚ ਗਾਵਾਂਗੇ ਉਹ ਪਿਆਰ ਹੌਲੀ ਹੌਲੀ ਬਣਦਾ ਬਣਦਾ ਦੋ ਪੱਖੀ ਪਿਆਰ ਬਣ ਜਾਊਗਾ, ਆਪਣੇ ਆਪ ਨੂੰ ਇਹ ਸਰੀਰ ਆ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਥੋੜਾ ਇਹਨੂੰ ਉਹ ਵੀ ਆਪਣਾ ਸਮਝਾਉਣਾ ਵੀ ਆ, ਹਨਾ। ਇਹ ਮਨ ਚੰਚਲਾ ਸੁਣੇ ਵੀ ਨਾਲ ਇਹ ਵੀ ਕਹਿਣਾ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਹਨਾ। ਤੇ ਇਸ ਕਰਕੇ ਆਪਾਂ ਆਪਣੇ ਜਿੱਥੇ ਆਪਣੇ ਆਪ ਨੂੰ ਵੀ ਗੁਰੂ ਸਾਹਿਬ ਦੱਸੋ, ਹਾਂਜੀ ਹਾਂਜੀ, ਹਰ ਕੰਨਾਂ ਨੂੰ ਸੰਬੋਧਨ ਕੀਤਾ ਏ ਸਰਵਣੋ ਮੇਰੇ ਉਹ ਸੱਚੇ ਸੁਣਨੇ ਨੂੰ ਪਠਾਏ, ਵੀਰੋ ਵੀ ਤੁਹਾਨੂੰ ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ, ਤੇ ਸੁਣਨਾ ਕੀ ਹੈ ਸੁਣੀ ਸਤ ਬਾਣੀ, ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ ਸੱਚ ਅਲੱਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੁਣਨੇ ਨੂੰ ਪਠਾਏ, ਹਰ ਤੁਮ ਮੈਂ ਜੋਤ ਧਰੀ, ਹਾਂਜੀ
ਹਰ ਬਿਨ ਅਮਰ ਨਾ ਦੇਖੋ ਕੋਈ ਹੈ ਅਮਰਤ ਬਾਣੀ ਦੇਖੋ ਅਮਰਤ ਬਾਣੀ ਹਰ ਹਰ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਦਣ ਇਹ ਨੇਤਰ ਇੱਕ ਕਲਾ ਵਰਤਦੀ ਆ ਕਿ ਇਹ ਨੇਤਰ ਜਿੱਥੇ ਆਪਦੇ ਬਣਾਏ ਹੋਏ ਸੰਸਾਰ ਦੇ ਦਰਸ਼ਨ ਕਰਦੇ ਆ ਉੱਥੇ ਗੁਰਬਾਣੀ ਦੇ ਦਰਸ਼ਨ ਕਰਕੇ ਉਹਦੇ ਵਿੱਚੋਂ ਗੁਰਬਾਣੀ ਦੇ ਵਿੱਚੋਂ ਵਾਹਿਗੁਰੂ ਦੀ ਜਿਹੜੀ ਤਾਕਤ ਨੂੰ ਵਾਹਿਗੁਰੂ ਦੀ ਜਿਹੜੀ ਸਤਾ ਆ ਉਹਨੂੰ ਇਹ ਮਹਿਸੂਸ ਕਰਨ ਲੱਗ ਪੈਂਦੇ ਆ ਹੌਲੀ ਹੌਲੀ। ਜਾਗਦਾ ਅੰਦਰੋਂ ਜੀਵ ਆ, ਅੰਦਰੋਂ ਸਾਡੀ ਸੁਰਤ ਜਾਗਦੀ ਆ, ਸਾਡੇ ਅੰਦਰਲੀ ਆਤਮਾ ਜਾਗਦੀ ਆ, ਆਤਮਾ ਦੇ ਵਿੱਚ ਉਹ ਗੁਣ ਜਾਗਦੇ ਆ ਜਿਹੜੇ ਨਿਰੰਕਾਰੀ ਗੁਣ ਆ। ਇੱਕ ਹੈਗੇ ਆ ਆਕਾਰ ਦੇ ਪੱਖ ਦੇ ਗੁਣ, ਸੰਸਾਰ ਦੇ ਪੱਖ ਦੇ ਗੁਣ ਆ, ਇਹ ਵਿਸ ਸੰਸਾਰ ਤੋਂ ਦੇਖਦੇ ਆ ਘਰ ਰੂਪ ਬਣ ਜਾਂਦਾ। ਫਿਰ ਕਹਿ ਨਾਨਕੇ ਨੇਤਰੰਦ ਸੇ ਕਿੱਦਾਂ ਬਣਦਾ, ਸਤਿਗੁਰ ਮਿਲਿਆ ਬਿਰਧ ਰਿਸ਼ਟ ਹੋਏ। ਸੋ ਸਤਿਗੁਰੂ ਦੀ ਜਦੋਂ ਤੁਸੀਂ ਅੰਮ੍ਰਿਤ ਛੱਕ ਕੇ ਗੁਰੂ ਪਾਤਸ਼ਾਹ ਜਦੋਂ ਦਸਮ ਦੁਆਰ ਦੇ ਵਿੱਚ ਪੰਜ ਚੋਲੇ ਪਾਉਂਦੇ ਨਾ, ਉਹ ਸੁੱਤੇ ਹੋਏ ਜੀਵ ਨੂੰ ਸਾਡੇ ਅੰਦਰ ਜਿਹੜਾ ਆਤਮਾ, ਕਿਉਂਕਿ ਦਸਮ ਦੁਆਰ ਦੇ ਵਿੱਚ ਆ ਨਾ ਸਾਡੇ ਜਿਹੜੀ ਆਤਮਾ ਆ, ਉਹ ਸੁੱਤੀ ਹੋਈ ਰੂਹ ਨੂੰ ਆਤਮਾ ਨੂੰ ਜਗਾ ਕੇ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਉਹ ਵਾਹਿਗੁਰੂ ਜੀ ਕਾ ਖਾਲਸਾ ਬਣਦਾ ਉਹਨੂੰ ਇਹ ਵੀ ਸਮਝ ਲੱਗਦੀ ਆ ਕਿ ਇਹ ਜੀਵਨ ਦੀ ਬਾਜੀ ਜਿੱਤਣ ਲਈ ਫਤਿਹ ਵਾਹਿਗੁਰੂ ਦੇ ਰਾਹੀਂ ਹੋਣੀ ਆ, ਵਾਹਿਗੁਰੂ ਦੀ ਫਤਿਹ ਹੋਣੀ ਆ। ਜੇ ਮੈਂ ਵਾਹਿਗੁਰੂ ਦੇ ਲੜ ਲੱਗ ਗਿਆ ਤੇ ਉਹ ਜਿਹੜੀ ਗੁਰੂ ਪਾਤਸ਼ਾਹ ਨੇ ਸਾਨੂੰ ਰਹਿਤ ਦੱਸੀ ਆ ਉਹਦੇ ਰਾਹੀਂ ਚੱਲ ਕੇ ਨਾਮ ਜਪ ਕੇ ਬਾਣੀ ਪੜ੍ਹ ਕੇ ਵਿਚਾਰ ਕੇ ਫਤਿਹ ਉਹਦੇ ਤੇ ਚੱਲਿਆ ਫੇਰ ਹੋਣੀ ਆ। ਜਿਹੜਾ ਸੰਸਾਰ ਦੀ ਬਾਜੀ ਜਿੱਤਣੀ ਆ ਤੇਰੇ ਨਾਏ ਰੱਤੇ ਸੇ ਜਿਣ ਗਏ, ਜਿਣ ਗਏ ਵੀ ਜਿੱਤ ਗਏ, ਹਾਰ ਗਏ ਬਸ ਉਹ ਠਗੇ ਗਏ, ਮਾਇਆ ਨੇ ਠੱਗ ਲਿਆ ਨਾ ਬਾਬਾ ਮਾਇਆ ਭਰਮ ਭੁਲਾ। ਕਸ਼ਮੀਰ ਸਿੰਘ ਜੀ ਕਈ ਬੰਦਿਆਂ ਨੂੰ ਬਹੁਤ ਸੋਝੀ ਹੁੰਦੀ ਆ ਜੀ ਜੀ, ਬਾਣੀ ਵੀ ਪੜ੍ਹਦੇ ਆ ਗੁਰਦੁਆਰੇ ਵੀ ਜਾਂਦੇ ਆ ਜੀ ਜੀ, ਪਰ ਪਤਾ ਨੀ ਕਿਸ ਗੱਲੋਂ ਡਰਦੇ, ਅੰਮ੍ਰਿਤ ਨੀ ਛਕਦੇ, ਚਾਹੁੰਦਿਆਂ ਹੋਇਆ ਨੀ ਉਹ ਛਕ ਸਕਦੇ, ਕੀ ਕਾਰਨ ਆ? ਜਿੱਥੇ ਤੱਕ ਵੱਖਰੇ ਵੱਖਰੇ ਬੰਦਿਆਂ ਦਾ, ਵੈਸੇ ਤਾਂ ਵੱਖਰਾ ਵੱਖਰਾ ਰੀਜ਼ਨ ਹੁੰਦੇ ਆ ਕਈਆਂ ਦੇ, ਪਰ ਜਿਹੜੀ ਆਮ ਤੌਰ 'ਤੇ ਬਹੁਤੇ ਲੋਕ ਜਿਹੜੇ ਆ ਨਾ ਉਹ ਡਰਦੇ ਪਏ ਮੇਰੇ ਤੋਂ ਰਹਿਤ ਨਹੀਂ ਰੱਖੀ ਜਾਣੀ। ਆਹੋ, ਪਰ ਜਦੋਂ ਤੁਸੀਂ ਰਹਿਤ ਨਹੀਂ ਰੱਖੋ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਬਿਲਕੁਲ ਜੀ, ਜਿਹੜਾ ਬੰਦਾ ਕਹਿੰਦਾ ਨਾ ਰਹਿਤ ਨਹੀਂ ਰੱਖੀ ਜਾਣੀ, ਵੀਰ ਇੱਕ ਹੋਰ ਤਰੀਕੇ ਨਾਲ ਆਪਣੇ ਆਪ ਨੂੰ ਭੈਣੋ ਵੀਰੋ ਸਮਝੋ, ਰਹਿਤ ਨੇ ਮੈਨੂੰ ਰੱਖਣਾ, ਰਹਿਤ ਨੇ ਮੈਨੂੰ ਰੱਖਣਾ, ਮੈਨੂੰ ਬਚਾਉਣਾ, ਮੈਨੂੰ ਰੱਖਣਾ, ਗੁਰੂ ਨੇ ਮੈਨੂੰ ਬਚਾਉਣਾ, ਆਪਾਂ ਨਹੀਂ ਰੱਖਣਾ, ਅੰਮ੍ਰਿਤ ਨੇ ਸਾਨੂੰ ਰੱਖਣਾ, ਸਾਨੂੰ ਬਚਾਉਣਾ, ਅੰਮ੍ਰਿਤ ਨੇ ਸਾਨੂੰ ਰੱਖਣਾ, ਅੰਮ੍ਰਿਤ ਜਿਹੜੀ ਰਹਿਤ ਆ ਉਹਨੇ ਸਾਨੂੰ ਆਹਾ ਭੌਜਲ ਵਿੱਚੋਂ ਕੱਢਣਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਠੀਕ ਆ। ਰਹਿਤ ਬਿਨਾਂ ਤੂੰ ਜਿੰਨੇ ਮਰਜ਼ੀ ਗਿਆਨ ਆ ਜਾਵੇ, ਜਿੰਨਾ ਮਰਜ਼ੀ ਜੋ ਮਰਜ਼ੀ ਕਰ ਲਵੇ ਬੰਦਾ, ਕਈ ਬੰਦੇ ਬਹੁਤ ਵਿਚਾਰੇ ਐਂ ਹੀ ਰਹਿ ਜਾਣ, ਕਈਆਂ ਦਾ ਜੀਵਨ ਸਾਥੀ ਤੁਹਾਡੇ ਦਾ ਸਿੰਘ ਨਹੀਂ ਨਾਲ ਹੀ ਛੱਕ ਰਿਹਾ ਸੀ ਅੰਮ੍ਰਿਤ, ਬਿਲਕੁਲ ਜੀ, ਕਈਆਂ ਦੇ ਜੀਵਨ ਸਾਥੀ ਨਹੀਂ ਮੰਨਦੇ, ਕਿਸੇ ਦਾ ਸਿੰਘ ਨਹੀਂ ਮੰਨਦਾ, ਸਿੰਘਣੀ ਨਹੀਂ ਮੰਨਦੀ, ਕੀ ਕਰਨਾ ਵਿਚਾਰੇ? ਇਹ ਬੜਾ ਕਾਫੀ ਵੱਡਾ ਮਸਲਾ ਆਇਆ ਜੀ, ਕੀ ਕਰਨ ਕੀ ਕਰਨਾ ਚਾਹੀਦਾ? ਵੈਸੇ ਉਦਾਂ ਇੱਕ ਜ਼ਿੰਦਗੀ ਦਾ ਕੀ ਪ੍ਰੈਕਟੀਕਲ, ਹਾਂਜੀ ਹਾਂਜੀ ਕੀ ਕਹੋਗੇ ਤੁਸੀਂ? ਸਾਡੇ ਇੱਕ ਬੀਬੀ ਅੰਮ੍ਰਿਤ ਛਕਣ ਲਈ ਬਹੁਤ ਉਤਾਵਲੇ, ਗੁਰੂ ਪਾਤਸ਼ਾਹ ਦੀ ਗੱਲ ਸਮਝ ਲੱਗੀ ਤੇ ਸਿੰਘ ਕਹਿੰਦਾ ਨਹੀਂ ਮੈਂ ਤਿਆਰ ਨਹੀਂ ਹੈਗਾ। ਬੜੀ ਉਹਨੇ ਤਰਲੇ ਕੀਤੇ, ਪੰਜ ਪਿਆਰਿਆਂ ਕੋਲ ਗਈ ਵੀ ਮੈਨੂੰ ਅੰਮ੍ਰਿਤ ਛਕਾ ਦਿਓ। ਉਹ ਕਹਿੰਦੇ ਵੀ ਤੂੰ ਨਾਲ ਸਿੰਘ ਨੂੰ ਵੀ ਤਿਆਰ ਕਰ। ਉਹ ਕਹਿੰਦੀ ਵੀ ਤੁਸੀਂ ਮੈਨੂੰ, ਸਿੰਘ ਤਾਂ ਤਿਆਰ ਨਹੀਂ ਹੋ ਰਿਹਾ, ਤੁਸੀਂ ਮੈਨੂੰ ਗਰੰਟੀ ਦੇ ਦਿਓ ਕਿ ਜੇ ਸਿੰਘ ਨਾ ਤਿਆਰ ਹੋਇਆ ਮੈਂ ਪਹਿਲਾਂ ਚੜ੍ਹਾਈ ਕਰ ਗਈ ਕਿ ਮੈਨੂੰ ਨਰਕਾਂ ਤੋਂ ਬਚਾ ਲਓਗੇ। ਅੰਮ੍ਰਿਤ ਛੱਕ ਕੇ ਜਿਹੜੀ ਜਗ੍ਹਾ 'ਤੇ ਮੈਨੂੰ ਗੁਰੂ ਨੇ ਲੈ ਜਾਣਾ, ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜ ਜੇ ਬੋਹਰ ਨਾ ਹੋ ਗਏ ਫੇਰਾ। ਤੁਸੀਂ ਨਹੀਂ, ਉਹ ਗਰੰਟੀ ਪੰਜਾਂ ਪਿਆਰਿਆਂ ਨੇ ਨਹੀਂ ਦੇਣੀ, ਗਰੰਟੀ ਤਾਂ ਉਹਨੂੰ ਲੈਣੀ ਪੈਣੀ, ਉਹ ਰਹਿਤ ਰੱਖੇ। ਨਹੀਂ ਨਹੀਂ ਦੇਖੋ ਨਾ, ਉਹ ਕਹਿੰਦੇ ਮੈਨੂੰ ਅੰਮ੍ਰਿਤ ਛਕਾਓ, ਪੰਜ ਪਿਆਰੇ ਕਹਿੰਦੇ ਕਿ ਅੰਮ੍ਰਿਤ ਤੁਸੀਂ ਨਾਲ ਦੋ ਜਣੇ ਇਕੱਠੇ ਛਕੋ। ਸੋ ਕਹਿਣ ਦਾ ਭਾਵ ਉਸ ਬੀਬੀ ਦਾ ਮਕਸਦ, ਕਹਿਣ ਦਾ ਭਾਵ ਸੀਗਾ ਕਿ ਤੁਸੀਂ ਮੈਨੂੰ ਅੰਮ੍ਰਿਤ ਛਕਾ ਦਿਓ ਪਲੀਜ਼, ਕਿਉਂਕਿ ਮੇਰੇ ਨਾਲ ਦੇ ਸਾਥੀ ਨੇ, ਹੋ ਸਕਦਾ ਮੇਰੇ ਨਾਲ ਗਾਹ ਨਹੀਂ ਜਾਣਾ, ਉਹਦੀ ਮੇਰੇ ਨਾਲ ਨਾ ਦੇਵੇ ਪੂਰੀ ਗਾਹ,
ਇਸ ਕਰਕੇ ਮੈਂ ਤਾਂ ਗੁਰੂ ਵਾਲੀ ਬਣ ਕੇ ਇਹਦਾ ਆਪਣਾ ਜੀਵਨ ਸਫਲ ਕਰ ਲਾਂ। ਫਿਰ ਕੀ ਕੀਤਾ ਗਿਆ? ਫਿਰ ਕੀ ਕੀਤਾ ਗਿਆ ਜੀ, ਉਹਨੂੰ ਅੰਮ੍ਰਿਤ ਦੀ ਰਾਤ ਦਿੱਤੀ ਗਈ, ਅੰਮ੍ਰਿਤ ਛਕਾਇਆ ਗਿਆ। ਅੱਛਾ, ਫਿਰ ਅੰਮ੍ਰਿਤ ਛਕਾ ਕੇ ਤੇ ਉਹਨੂੰ ਇੱਕ ਪ੍ਰੇਰਣਾ ਕੀਤੀ ਗਈ ਕਿ ਤੂੰ ਕੋਸ਼ਿਸ਼ ਕਰਿਆ ਕਰੋ, ਜੇ ਉਹ ਅੰਮ੍ਰਿਤ ਵੇਲੇ ਨਾ ਉੱਠੇ ਤੁਹਾਡਾ ਸਿੰਘ, ਤੁਸੀਂ ਸ਼ਾਮ ਨੂੰ ਇਕੱਠੇ ਬੈਠ ਕੇ ਰਹਿ ਰਾਸ ਕਰਿਆ ਕਰੋ, ਉਹਨੂੰ ਨਾਲ ਬਿਠਾ ਲਿਆ ਕਰੋ ਤੇ ਇੱਕ ਇੱਕ ਕਰਿਆ ਕਰੋ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਿ ਗੁਰੂ ਪਾਤਸ਼ਾਹ ਅਤੇ ਸਾਨੂੰ ਦੋਨਾਂ ਨੂੰ ਤੁਸੀਂ ਇੱਕ ਰਸਤੇ 'ਤੇ ਜਹਾਜ਼ 'ਚ ਆਪਣੇ ਚੜ੍ਹਾ ਲਓ। ਸੋ ਰਿਜ਼ਲਟ ਕੀ ਹੋਇਆ ਕਿ ਉਹ 6 ਮਹੀਨਿਆਂ ਦੇ ਵਿੱਚ ਉਹ ਸਿੰਘ ਨੇ ਬਸ ਗੱਲ ਆਪਾਂ ਇੱਥੇ ਲਿਆਉਣੀ, ਲੰਮੀ ਨਹੀਂ ਕਰਨੀ, ਉਹਨੇ 6 ਮਹੀਨਿਆਂ ਦੇ ਵਿੱਚ ਉਹਨੇ ਆਪ ਮੰਗ ਕੇ ਅਮਰ ਦੀ ਦਾਤ। ਭਾਈ ਕਸ਼ਮੀਰ ਸਿੰਘ ਜੀ, ਮੈਂ ਸਤਿਗੁਰੂ ਜੀ ਦੀ ਕਿਰਪਾ ਨਾਲ ਸਾਰੀਆਂ ਸੰਗਤਾਂ ਮੈਨੂੰ ਜਾਣਦੀਆਂ ਨੇ, ਮੈਂ ਅੱਗੇ ਵੀ ਇਹ ਬਟਨ ਸਾਂਝੇ ਕੀਤੇ ਹੋਏ ਨੇ। ਮੇਰਾ ਇਹ ਜ਼ਿੰਦਗੀ ਦਾ ਪ੍ਰੈਕਟੀਕਲ ਹੈ, ਤਕਰੀਬਨ 25 ਸਾਲ ਹੋ ਗਏ ਗੁਰੂ ਮਹਾਰਾਜ ਨੇ ਉੱਚੀ ਸੁੱਚੀ ਇਹ ਸੇਵਾ ਬਖਸ਼ਿਸ਼ ਕੀਤੀ ਨੂੰ। ਸਾਡੇ ਵਿੱਚ ਤਰੁੱਟੀਆਂ ਹੁੰਦੀਆਂ ਨੇ, ਅੰਮ੍ਰਿਤ ਛਕਣਾ ਚਾਹੀਦਾ ਜੀ ਬਿਲਕੁਲ। ਤੇ ਕਿਉਂ ਉਹਨਾਂ ਦਾ ਸਵਾਲ ਹੁੰਦਾ ਇਕੱਲੇ ਆਏ ਇਕੱਲੇ ਜਾਣਾ, ਇਹ ਠੀਕ ਹੈ ਤੁਹਾਡਾ ਬਚਨ, ਪਰ ਇਕੱਲੇ ਤਾਂ ਆਏ ਆ, ਪਰ ਜੇ ਅੰਮ੍ਰਿਤ ਛਕਣਾ ਗੁਰੂ ਕੋਲ ਤਾਂ ਜਾਣ ਵਾਸਤੇ ਸਾਨੂੰ ਦੋਵਾਂ ਨੂੰ ਛਕਣਾ। ਜੇ ਨਹੀਂ ਮੰਨਦਾ, ਜਿਹੜਾ ਤੁਹਾਡਾ 10 ਸਾਲ ਗੱਲ ਨੀ ਨਾ ਮੰਨੀ, ਗੁਰੂ ਵਾਲੇ ਇਕੱਲੇ ਬਣ ਕੇ ਵੇਖੋ ਇੱਕ ਮਹੀਨਾ ਨੀ ਜੇ ਲੱਗਦਾ, ਪਰ ਜਿਹੜੇ 5 ਪਿਆਰੇ ਰਹਿਤ ਦੱਸਦੇ ਨੇ ਉਹ ਨਿਭਾਉਣੀ ਪੈਂਦੀ ਹੈ, ਨਿਭਾਉਣੀ ਪੈਂਦੀ ਆ। ਬੜੇ ਐਸੇ ਮੇਰੀਆਂ ਭੈਣਾਂ ਵੀ ਨੇ, ਸਿੰਘ ਵੀ ਨੇ, ਜਿਨ੍ਹਾਂ ਨੇ ਦਾਸ ਨਾਲ ਇਹ ਗੱਲ ਕੀਤੀ ਤੇ ਜਦੋਂ ਉਹਨਾਂ ਨੂੰ ਇਹ ਵਚਨ ਮਤਲਬ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੇ ਨਿਭਾਇਆ ਜੀ ਜੀ, ਤੇ ਸੱਚ ਜਾਣੋ ਮਹੀਨਾ 40 ਦਿਨ ਲੱਗਦੇ ਨੀ, 40 ਦਿਨਾਂ ਤੱਕ ਇਹ ਗੱਲ ਜਾਂਦੀ ਨੀ ਪਹਿਲਾਂ ਹੀ। ਕਿਉਂ ਵੇਖੋ, ਅਸੀਂ ਕਲਯੁਗੀ ਜੀਵ ਆ, ਸਭ ਤੋਂ ਬੜੀ ਹੈ ਕਾਮ ਕਰੋ ਲੋ ਮਹੰਕਾਰ, ਤੇ ਇਹ ਮਹਾਰਾਜ ਜੀ ਬੜੀ ਕਿਰਪਾ ਕਰਦੇ, ਪਰ ਉਹ ਨੈਤ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੇ, ਪਤੀ ਨੇ ਨੀ ਛਕਿਆ ਤੇ ਪਤੀ ਵਾਸਤੇ ਸਿੰਘ ਨੀ ਬਾਣੀ ਪੜੇ, ਬਾਣੀ ਪੜੇ ਅਰਦਾਸ ਕਰੇ, ਅਰਦਾਸ। ਤੇ ਜੇ ਪਤੀ ਨੇ ਛਕਿਆ ਉਹਦੀ ਪਤਨੀ ਨੀ ਮੰਨਦੀ, ਉਹਦੇ ਵਾਸਤੇ ਅਰਦਾਸ ਕਰੇ, ਮਹਾਰਾਜ ਮੇਰੇ ਤਾਂ ਨੀ ਆਖੇ ਲੱਗੀ। ਤੇ ਜਿਹੜੀ ਕਸ਼ਮੀਰ ਸਿੰਘ ਜੀ 10 ਸਾਲ ਗੱਲ ਸਾਡੀ ਨੀ ਨਾ ਮੰਨੀ, ਜਿਹੜੀ ਗੁਰੂ ਵਾਲੇ ਬਣ ਕੇ ਮਹਾਰਾਜ ਜੀ ਜਿੰਨਾ ਛੇਤੀ ਸੁਣਦੇ, ਬੜੀ ਮਹਾਰਾਜ ਦੀ ਕਿਰਪਾ ਹੁੰਦੀ, ਅੰਮ੍ਰਿਤ ਜ਼ਰੂਰ ਛਕਣਾ ਚਾਹੀਦਾ, ਇਹ ਗੱਲ ਪੱਕੀ ਹੈ। ਇੱਕ ਵਾਰੀ ਗੁਰੂ ਕੀ ਹਜ਼ੂਰੀ ਵਿੱਚ ਆ ਗਿਆ, 5 ਪਿਆਰਾਂ ਨੂੰ ਵੀ ਹੁਕਮ ਦਾ ਵੀ ਉਹ ਮੁੜੇ ਨਾ, ਬਿਲਕੁਲ ਜੀ। ਗਰੰਟੀ ਤਾਂ ਅਗਲੇ ਨੇ ਲੈਣੀ ਹੁੰਦੀ ਵੀ ਮੈਂ ਰਹਿਤ ਨਿਭਾਊਂਗਾ, 5 ਪਿਆਰੇ ਹੁਕਮ ਦੇ ਵਿੱਚ ਬੱਝੇ ਆ ਜੀ ਜੀ, ਤੇ ਇਸ ਵਾਸਤੇ ਉਹ ਇਹ ਨੀ ਗਰੰਟੀ ਲੈ ਸਕਦੇ ਵੀ ਮੈਂ ਗਾਂ ਜਾਊਂ ਜਾਂ, ਉਹ ਗਰੰਟੀ ਲਵੇ ਵੀ ਮੈਂ ਅੰਮ੍ਰਿਤ ਛਕਣਾ, ਮੈਂ ਰਹਿਤ ਨਿਭਾਊ, ਰਹਿਤ ਨਿਭਾਊ ਗੁਰੂ ਸਾਹਿਬ ਬਖਸ਼ਿਸ਼ ਕਰਨਗੇ, ਠੀਕ ਹੈ। ਰਹਿਤ ਗੁਰੂ ਪਾਤਸ਼ਾਹ ਨੇ ਰਹਿਤ ਨਹੀਂ ਰੱਖਦੇ, ਫਿਰ ਕਈਆਂ ਨੂੰ ਕਈ ਕਈ ਸਾਲ ਹੋ ਗਏ ਆ, ਤੇ ਉਹ ਭਾਵੇਂ ਘਰ ਵਾਲੇ ਕਲੀਨ ਸ਼ੇਵ ਵੀ ਆ, ਉਹ ਸਾਰਾ ਕੁਝ ਦੁਨੀਆ ਵਾਲਾ ਵੀ ਕਰੀ ਜਾਂਦੇ, ਸਾਰਾ ਫੇਰ ਨੀ ਹੋ ਸਕਦੇ, ਠੀਕ ਹੈ ਨਾ, ਬਿਲਕੁਲ ਸੁਣਾਉਣੀ ਪੈਂਦੀ ਹੈ। ਤੁਹਾਡੀ ਜ਼ਿੰਦਗੀ ਵਿੱਚ ਹੋਰ ਕਿਸੇ ਅੰਮ੍ਰਿਤਧਾਰੀ ਦੀ ਕੋਈ ਘਟਨਾ ਕੋਈ ਸੁਣਾਉਣਾ ਚਾਹੋਗੇ ਜਿੰਨਾ ਜੀਵਨ ਬਦਲਿਆ ਹੋਵੇ ਵੀ ਅੰਮ੍ਰਿਤ ਛੱਕ ਕੇ? ਹਾਂਜੀ, ਮੈਂ ਇੱਕ ਆਪਣੇ ਜੰਗ ਮੈਨ ਸੀਗਾ, ਗੁਰਪ੍ਰੀਤ ਸਿੰਘ ਉਹਦਾ ਨਾਂ ਆ, ਠੀਕ ਹੈ, ਕੈਨੇਡਾ ਰਹਿ ਗਿਆ, ਕੈਨੇਡਾ ਰਹਿ ਰਿਹਾ, ਅੱਛਾ, ਸਰੀ ਉਹਦੇ ਆਪਣੇ, ਉਹਨਾਂ ਬਾਰੇ ਜਿਹਦਾ ਉਹ ਵੀ ਆਪਣੀ ਘਟਨਾ ਦੱਸ ਕੇ ਖੁਸ਼ ਹੁੰਦੇ ਆ, ਜਿੱਦਾਂ ਮੈਂ ਦੱਸਿਆ ਕਿ ਮੈਂ 40 ਸਾਲ ਸੁਣਾਉਣ ਦੇ ਨਾਲ ਅਗਲੇ ਦਾ ਜੀਵਨ ਬਦਲਦਾ। ਹਾਂਜੀ, ਸੋ ਉਹ ਗੁਰੂ ਪਿਆਰਾ ਪਹਿਲਾਂ ਜਿੱਦਾਂ ਪਈ ਉਹਦੀ ਦਾਤੀ ਛੋਟੇ ਹੁੰਦੇ ਨੂੰ, ਆਪਾਂ ਗੱਲ ਨੂੰ ਛੇਤੀ ਕਵਰ ਕਰ ਦੇਣਾ, ਠੀਕ ਹੈ, ਆਪਾਂ ਗੱਲ ਛੋਟੀ ਚ ਸਾਰਾ ਕੁਝ ਕੁਝ ਸਮੁੰਦਰ ਕਰਾ, ਲੰਮੀ ਨਹੀਂ ਕਰਨੀ, ਛੋਟੀ ਗੱਲ ਚ ਸੁਣਾ ਦਿਓ, ਠੀਕ ਹੈ ਜੀ। ਹਾਂ, ਛੋਟੇ ਹੁੰਦੇ ਨੂੰ ਦਾਦੀ ਪ੍ਰੇਰਦੀ ਹੁੰਦੀ ਸੀਗੀ ਗੁਰਦੁਆਰੇ ਲੈ ਕੇ ਜਾਣਾ, ਤੇ ਕੀਰਤਨ ਵੀ ਸਿਖਾ ਲਿਆ, ਥੋੜੀ ਗੁਰਬਾਣੀ ਪੜ੍ਹਨੀ ਵੀ ਆ ਗਈ। ਥੋੜਾ ਬੜਾ ਹੋ ਗਿਆ ਤੇ ਉਹਨੇ ਆਪਣਾ ਜਿੱਦਾਂ ਜੀਵਨ ਜਿਹੜਾ ਉਹਦਾ ਥੋੜਾ ਦੂਰ ਚਲ ਗਿਆ ਸਿੱਖੀ ਤੋਂ। ਜਦੋਂ ਛਕਿਆ ਸੀ? ਨਹੀਂ ਜੀ, ਅੰਮ੍ਰਿਤ ਨਹੀਂ ਛਕਿਆ ਸੀਗਾ, ਪਰ ਜਿੱਦਾਂ ਕਹਿਣ ਦਾ ਭਾਵ ਥੋੜਾ ਜਿਹਾ ਦਾਦੀ ਨੇ ਮੁੱਢ ਬੰਨਿਆ ਸੀ, ਗੁਰਮਤਿ ਦੀ ਸਿੱਖਿਆ ਲਈ ਸੀ, ਮਾੜੀ ਸੰਗਤ ਹੋਣ ਕਰਕੇ ਕੁਝ ਸਮੇਂ ਵਾਸਤੇ ਪਾਸੇ ਚਲਾ ਗਿਆ, ਤੇ ਯੂਨੀਵਰਸਿਟੀ ਚਲ ਗਿਆ, ਪੜ੍ਹਾਈ ਕਰ ਲਈ, ਚੰਗੇ ਪੈਸੇ ਬਣਾਉਣ ਲੱਗ ਗਿਆ। ਪਰ ਉਹ ਜਿਹੜੇ ਚੰਗੇ ਪੈਸੇ ਸੀਗੇ, ਇਹਦੇ ਵਿੱਚ ਦੋ ਸਿੱਖਿਆ ਮਿਲਦੀ ਆ, ਇੱਕ ਜ਼ਿਆਦਾ ਪੈਸਾ ਜਦੋਂ ਨਾ ਤੁਹਾਨੂੰ ਸੰਭਾਲਣ ਦਾ ਤਰੀਕ ਨਾ ਆਵੇ, ਉਹ ਤੁਹਾਡਾ ਜੀਵਨ ਨੂੰ ਬਰਬਾਦ ਕਰ ਦਿੰਦਾ। ਜੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੁਹਾਡਾ ਜੀਵਨ ਸਹੀ ਆ, ਤੇ ਪੈਸੇ ਦੀ ਸਹੀ ਵਰਤੋਂ ਦੇ ਨਾਲ ਤੁਸੀਂ ਜਿੱਥੇ ਆਪਣਾ ਜੀਵਨ ਸਹੀ ਬਣਾਉਂਦੇ, ਤੁਸੀਂ ਆਲੇ ਦੁਆਲੇ ਵੀ ਆਪਣੇ ਬਹੁਤ ਜਿਹੜੀ ਉਹਦੀ ਪੈਸੇ ਦੀ ਸਹੀ ਵਰਤੋਂ ਦੇ ਨਾਲ ਉਹ ਦੁਨੀਆਂ ਨੂੰ ਵੀ ਮਤਲਬ ਸੁਧਾਰ ਦਿੰਦੇ ਆ। ਸੋ ਉਹਨੇ ਆਪਣਾ ਜੀਵਨ ਇੰਨਾ ਵਿਗਾੜ ਲਿਆ ਕਿ ਇੱਥੇ ਤੱਕ ਚਲ ਗਿਆ ਕਿ ਇੱਕ ਦਿਨ ਉਹ ਓਵਰਡੋਸ ਹੋ ਕੇ ਡਰੱਗ ਦਾ, ਕਿ ਉਹਨੂੰ ਪ੍ਰਤੱਖ ਰੂਪ ਦੇ ਵਿੱਚ ਉਹਨੂੰ ਇੱਦਾਂ ਲੱਗਿਆ ਕਿ ਮੈਂ ਮਰ ਗਿਆ, ਆਤਮਾ ਵੱਖਰੀ ਹੋ ਗਈ ਸਰੀਰ ਤੋਂ। ਉਹਦੇ ਵਿੱਚ ਉਹਨੇ ਕੀ ਦੇਖਿਆ ਕਿ ਮੈਨੂੰ ਜਾਮਾਂ ਨੇ ਫੜਿਆ, ਫੜ ਕੇ ਤਾਂ ਉਹ ਮੈਨੂੰ ਕਹਿੰਦਾ ਮੇਰਾ ਆਪਣਾ ਸਰੀਰ ਪਿਆ ਦੱਸਦਾ ਸੀਗਾ, ਇਹ ਹੋਣੀ ਆ ਸਾਡੇ ਨਾਲ ਵੀ ਹੋਣੀ, ਜਿੱਦਾਂ ਨਹੀਂ ਸਰੀਰ ਚੜਨਾ, ਕੋ ਕਬੀਰ ਤਬੀ ਨਾ ਜਾਗੇ, ਜਮਕਾ ਡੰਡ ਮੋਣ ਪੇ ਲਾਗੇ। ਐਨੀਵੇ ਉਹਨੇ ਉਹ ਜਿਹੜਾ ਦਾਦੀ ਨੇ ਉਦੋਂ ਮੂਲ ਮੰਤਰ ਜਾਂ ਗੁਰਮੰਤਰ ਉਹਨੂੰ ਦੜਾਇਆ ਸੀ, ਉਹ ਉਦੋਂ ਚੇਤੇ ਆਉਣ ਲੱਗਿਆ ਉਹਨੂੰ,
ਉਹ ਚੇਤੇ ਆਉਣ ਲੱਗਿਆ ਜੀ ਤੇ ਉਹ ਜਦੋਂ ਗੁਰਮੰਤਰ ਜਾਂ ਮੂਲ ਮੰਤਰ ਪੜਿਆ ਕਰੇ ਤੇ ਜਮ ਉਹ ਤੋਂ ਪਰੇ ਹਟ ਜਾਇਆ ਕਰਨ ਉਹਨੂੰ ਇਹ ਸਮਝ ਲੱਗ ਗਈ ਕਿ ਉਹ ਮੁੜ ਕੇ ਉਹਨੂੰ ਕਿਉਂਕਿ ਗੁਰੂ ਪਾਤਸ਼ਾਹ ਨੇ ਕੋਈ ਸਿੱਖਿਆ ਦੇਣੀ ਸੀ ਉਹ ਮੁੜ ਕੇ ਸਰੀਰ 'ਚ ਆ ਗਿਆ ਉਹਨੂੰ ਇੱਦਾਂ ਹੋ ਗਿਆ ਕਿ ਮੈਂ ਗੁਰਮੰਤਰ ਜਦੋਂ ਪੜ੍ਹਨੋਂ ਹਟਦਾ ਜਾਂ ਮੂਲ ਮੰਤਰ ਅਤੇ ਮੈਨੂੰ ਜਮ ਫੇਲ ਅੱਗੇ ਆਉਂਦੇ ਮੇਰੇ ਉਹ ਡਰਦਾ ਸੀ ਉਹਨਾਂ ਤੋਂ ਬਹੁਤ ਕਹਿੰਦਾ ਮੈਂ ਦੁਨੀਆਂ ਤੋਂ ਕਦੇ ਵੀ ਇੰਨਾ ਨਹੀਂ ਡਰਿਆ ਜਿੰਨਾ ਉਸ ਟਾਈਮ 'ਤੇ ਉਹਨਾਂ ਜਮਾਂ ਤੋਂ ਡਰਿਆ ਉਸ ਮੁੰਡੇ ਨੇ ਯੰਗਮੈਨ ਨੇ ਉਹਨੂੰ ਕੋਈ ਗੁਰਸਿੱਖ ਮਿਲਿਆ ਉਹਨੇ ਉਹਦੇ ਕੋਲ ਆਪਣੀ ਇਹ ਦਸ਼ਾ ਦੱਸੀ ਗੁਰਸਿੱਖ ਕਹਿੰਦਾ ਆ ਜਾ ਤੈਨੂੰ ਮੈਂ ਲੈ ਚੱਲਦਾ ਗੁਰਸਿੱਖਾਂ ਕੋਲ ਲੈ ਕੇ ਗਿਆ ਉਹਨਾਂ ਨੇ ਆਹ ਗੱਲਾਂ ਥੋੜ੍ਹੀਆਂ ਦੱਸੀਆਂ ਉਹਨੂੰ ਕਿ ਅੰਮ੍ਰਿਤ ਛੱਕ ਲਾ ਅਤੇ ਅੰਮ੍ਰਿਤ ਛੱਕ ਕੇ ਜਦੋਂ ਗੁਰੂ ਪਾਤਸ਼ਾਹ ਦਾ ਦਿੱਤਾ ਹੋਇਆ ਗੁਰਮੰਤਰ ਆ ਨਾ ਜਾਂ ਗੁਰੂ ਪਾਤਸ਼ਾਹ ਦੀ ਦਿੱਤੀ ਹੋਈ ਬਾਣੀ ਜਦ ਪੜ੍ਹੇਗਾ ਤੂੰ ਅਤੇ ਫਿਰ ਕੀ ਹੋਊਗਾ ਮਨ ਤਨ ਪ੍ਰਭ ਰਾਧੀਏ ਮਿਲ ਸਾਧ ਸਮਾਗੇ ਉਚਰਤ ਗੁਣ ਗੋਪਾਲ ਜਾਸ ਦੂਰ 'ਤੇ ਜੰਮ ਭਾਗੇ ਤੇਰੇ ਲਾਗੇ ਵੀ ਨਹੀਂ ਕਿ ਦੂਰੋਂ ਭੱਜਣਗੇ ਤੇ ਤੋਂ ਅਤੇ ਉਹਨੂੰ ਸਮਝ ਲੱਗ ਗਈ ਗੱਲ ਦੀ ਅੰਮ੍ਰਿਤ ਛੱਕ ਲਿਆ ਅਤੇ ਜਿੱਥੇ ਉਹ ਡਰੱਗ ਦੇ ਵਿੱਚ ਇੰਨਾ ਗੁਲਤਾਨ ਸੀਗਾ ਉਹਨੂੰ ਇੰਡੀਆ ਆ ਕੇ ਵਿਆਹ ਵੀ ਕਰਾ ਲਿਆ ਸੀਗਾ ਉਹ ਲੜਕੀ ਬੜੀ ਪਰੇਸ਼ਾਨ ਸੀਗੀ ਅਤੇ ਬਾਹਰ ਵਿੱਚ ਕੀ ਹੋਇਆ ਕਿ ਉਹ ਲੜਕੀ ਦੇ ਜਾਣ ਤੋਂ ਪਹਿਲਾਂ ਪਹਿਲਾਂ ਹੀ ਇਹ ਘਟਨਾ ਉਹ 'ਤੇ ਬੀਤ ਗਈ ਅਤੇ ਉਹਨੇ ਲੜਕੀ ਦੇ ਹਾਲੇ ਜਾਣ ਤੋਂ ਪਹਿਲਾਂ ਹੀ ਅੰਮ੍ਰਿਤ ਛੱਕ ਲਿਆ ਅਤੇ ਜਦੋਂ ਲੜਕੀ ਨੂੰ ਪਤਾ ਲੱਗਿਆ ਉਹ ਇੱਥੋਂ ਅੰਮ੍ਰਿਤ ਛੱਕ ਕੇ ਜਿੱਦਾਂ ਉਹ ਆਪਣੇ ਗਏ ਸੋ ਉਹਨਾਂ ਦਾ ਗਾਹਾਂ ਪਰਿਵਾਰ ਜਿਹੜਾ ਦੋ ਬੱਚੇ ਆ ਹੁਣ ਉਹਨਾਂ ਦੇ ਅਤੇ ਦੋ ਬੱਚੇ ਵੀ ਗਾਹਾਂ ਅੰਮ੍ਰਿਤਧਾਰੀ ਆ ਉਹਨਾਂ ਦੇ ਮਾਂ ਪਿਓ ਦਾ ਇਕੱਲਾ ਬੱਚਾ ਸੀਗਾ ਦੇਖੋ ਇਹਦੇ ਵਿੱਚੋਂ ਸਾਨੂੰ ਕਸ਼ਮੀਰ ਸਿੰਘ ਜੀ ਇਹ ਸਿੱਖਿਆ ਮਿਲਦੀ ਹੈ ਵੀ ਜੇ ਛੋਟੇ ਬੱਚਿਆਂ ਨੂੰ ਅਸੀਂ ਗੁਰਮਤਿ ਦੀ ਸਿੱਖਿਆ ਦੇ ਦਿੱਤੀ ਹੈ ਨਾ ਜੀ ਜੀ ਅਤੇ ਉਹਨਾਂ ਵਿੱਚ ਦ੍ਰਿੜ ਕਰ ਦਿੱਤੀ ਹੈ ਮਹਾਰਾਜ ਦੀ ਕਿਰਪਾ ਨਾਲ ਗੁਰਸਿੱਖੀ ਅਤੇ ਭਾਵੇਂ ਕੁਝ ਸਮਾਂ ਵੱਡੇ ਹੋ ਕੇ ਸਿੱਖੀ ਤੋਂ ਦੂਰ ਵੀ ਚਲੇ ਜਾਣ ਪਰ ਜਿਹੜਾ ਬੀਜ ਬੀਜਿਆ ਗਿਆ ਨਾ ਉਹ ਕੁਝ ਸਮੇਂ ਬਾਅਦ ਛੇਤੀ ਫੁੱਟ ਕੇ ਤੇ ਫਿਰ ਉਸੇ ਆਪਣੇ ਟਿਕਾਣੇ ਤੇ ਆ ਜਾਂਦੇ ਫਿਰ ਉਹ ਜਿਹੜਾ ਜੀਵਨ ਤੁਹਾਡਾ ਟਿਕਾਣੇ ਤੇ ਕਿਉਂਕਿ ਉਹਨਾਂ ਦੇ ਪਹਿਲਾ ਬੀਜ ਬੀਜਿਆ ਸੀ ਕੁਝ ਸਮੇਂ ਵਾਸਤੇ ਉਹਨਾਂ ਨੂੰ ਮਾੜੀ ਸੰਗਤ ਹੋਈ ਪਰ ਜਿਹੜਾ ਬੀਜ ਬੀਜਿਆ ਹੋਇਆ ਨਾ ਫਿਰ ਉਹ ਬੰਦਾ ਜਦੋਂ ਉਹਨਾਂ ਨੂੰ ਸਮਝ ਆਈ ਉਹ ਗੁਰਬਾਣੀ ਦੁੱਖ ਮਿਲਿਆ ਫਿਰ ਗੁਰਬਾਣੀ ਤੋਂ ਸੁੱਖ ਮਿਲਿਆ ਤੇ ਦੁਬਾਰਾ ਜਿੱਥੋਂ ਆਪਣੇ ਸਿਆਣੇ ਕਹਿੰਦੇ ਹੁੰਦੇ ਸੀ ਜਿਹੜਾ ਬੰਦਾ ਸਾਰੀ ਦਿਹਾੜੀ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਾਏ ਮਤਲਬ ਵਾਪਸ ਫਿਰ ਆ ਜਾਂਦਾ ਤੇ ਹੁਣ ਆਪਣਾ ਟਾਈਮ ਵੀ ਸਮਾਪਤੀ ਬਾਰੇ ਤੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਅੰਮ੍ਰਿਤ ਛਕਣ ਬਾਰੇ ਹੋਰ ਸੰਗਤਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਿੱਖ ਨੂੰ ਕਿੰਨਾ ਜ਼ਰੂਰੀ ਹੈ ਅੰਮ੍ਰਿਤ ਛਕਣਾ ਮੇਰਾ ਆਪਣਾ ਐਕਸਪੀਰੀਅੰਸ ਦੇ ਲਿਹਾਜ਼ ਨਾਲ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਗੁਰਬਾਣੀ ਦੇ ਵਿੱਚੋਂ ਜੋ ਸਾਨੂੰ ਸਿੱਖਿਆ ਮਿਲ ਜਾਏ ਅੰਮ੍ਰਿਤ ਹਾਂਜੀ ਅੰਮ੍ਰਿਤ ਛਕਣਾ ਸਾਨੂੰ ਜ਼ਿੰਦਗੀ ਦਾ ਇੰਨਾ ਜ਼ਰੂਰੀ ਕੰਮ ਆ ਇਹਨੂੰ ਅੰਮ੍ਰਿਤ ਨੂੰ ਦੇਰ ਨਹੀਂ ਲਾਉਣੀ ਚਾਹੀਦੀ ਦੇਰ ਨਹੀਂ ਲਾਉਣੀ ਚਾਹੀਦੀ ਇੱਕ ਹੋਰ ਮੈਂ ਕਹਿ ਰਹਾਂ ਕਿ ਬੱਚਾ ਜਦੋਂ ਨਾ ਬੱਚਾ ਆਪਣਾ ਹੁੰਦਾ ਛੋਟਾ ਜਿਹਾ ਵੀ ਮਾਤਾ ਦੇ ਪੇਟ ਦੇ ਬਾਪ ਆਪਣਾ ਸਮਾਂ ਅੱਗੇ ਜਾਣ ਨੂੰ ਇਜਾਜ਼ਤ ਨਹੀਂ ਦਿੰਦਾ ਨਾ ਬਲੰਬ ਧਰਮ ਬਲੰਬ ਪਾਪੰਗ ਦੇਰੀ ਨਹੀਂ ਕਰਨੀ ਚਾਹੀਦੀ ਆਓ ਪਿਆਰਿਓ ਸੋਚੋ ਨਾ ਧਰਮ ਦੇ ਕੰਮ ਨੂੰ ਗੁਰੂ ਵਾਲੇ ਬਣੋ ਅੰਮ੍ਰਿਤ ਛੱਕ ਕੇ ਮਿਲੇ ਹੋਏ ਜੀਵਨ ਨੂੰ ਸਫਲ ਬਣਾਈਏ ਜੀ ਸੋ ਆਏ ਸਾਡੇ ਮਹਿਮਾਨਾਂ ਦਾ ਭਾਈ ਕਸ਼ਮੀਰ ਸਿੰਘ ਜੀ ਕਨੇਡਾ ਤੋਂ ਜੀ ਆਇਆ ਧੰਨਵਾਦ ਆਪ ਜੀ ਦੇਖਦੇ ਰਹੋ ਅਕਾਲ ਚੈਨਲ 843 ਭੁੱਲਾਂ ਦੀ ਖਿਮਾ ਪਿਆਰ ਨਾਲ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।